Chamadan. ਜੀ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਮੁੜ ਤੋਂ ਸਵਾਗਤ ਹੈ। ਮੇਰੇ ਨਾਲ ਡਾਕਟਰ ਸਾਹਿਬ ਜੀ ਤੇ ਇਸ ਵਕਤ ਜੁੜ ਗਏ ਨੇ। ਜਿਵੇਂ ਤੁਹਾਨੂੰ ਦੱਸਿਆ ਸੀ, ਗੱਲਬਾਤ ਕਰਾਂਗੇ ਸੌਣ ਦੇ ਢੰਗ ਦੀ, ਕੀ ਸੌਣ ਦਾ ਢੰਗ ਵੀ ਤੁਹਾਡੇ ਲਈ ਜਾਨਲੇਵਾ ਸਾਬਤ ਹੋ ਸਕਦਾ। ਇਸ ਦੇ ਬਾਰੇ ਗੱਲਬਾਤ ਕਰਨ ਦੇ ਲਈ ਕਿਵੇਂ ਸੌਣਾ ਚਾਹੀਦਾ, ਕੀ ਜਿਹੜਾ ਘਰਾੜੇ ਵਗੈਰਾ ਜੋ ਵੀ ਜਿਵੇਂ ਵੀ ਜੋ ਮੁਸ਼ਕਲਾਂ ਆਉਂਦੀਆਂ ਨੇ ਸੌਂਦੇ ਵਕਤ, ਉਹਦੇ ਉੱਤੇ ਗੱਲਬਾਤ ਕਰਦੇ ਹਾਂ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਰੇਡੀਓ ਪੰਜਾਬ ਟੁਡੇ ਦੇ ਸਟੂਡੀਓ ਦੇ ਵਿੱਚ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਜਦੋਂ ਆਮ ਤੌਰ ਦੇ ਉੱਤੇ ਕਿਹਾ ਜਾਂਦਾ ਕਿ ਸੌਣ ਦਾ ਵੀ ਇੱਕ ਤਰੀਕਾ ਹੈ, ਢੰਗ ਹੈ, ਵੇ ਹੈ ਸਿਰਹਾਣਾ ਲੈਣ ਦਾ, ਸੋ ਕੀ ਤਰੀਕਾ ਅਡੋਪਟ ਕਰਨਾ ਚਾਹੀਦਾ? ਅਕਸਰ ਲੋਕ ਜਿਹੜੇ ਨੇ ਸਿੱਧੇ ਸੌਂਦੇ ਆ, ਜੇ ਆਪਾਂ ਗੱਲ ਸਿੱਧੇ ਸੌਣ ਤੋਂ ਕਰੀਏ ਤਾਂ ਸਿੱਧਾ ਸੌਣਾ ਜਿਹੜਾ ਸਹੀ ਢੰਗ ਹੈ ਜਾਂ ਕਿਵੇਂ ਹੈ, ਫਿਰ ਆਪਾਂ ਸੱਜੇ ਖੱਬੇ ਨਹੀਂ ਚੱਲਾਂਗੇ। ਨਹੀਂ, ਸਿੱਧਾ ਸੌਣਾ ਢੰਗ ਤਾਂ ਸਹੀ ਹੈ ਜੀ, ਪਰ ਆਪਾਂ ਨੂੰ ਹਰ ਇੱਕ ਬੰਦਾ ਡਿਫਰੈਂਟ ਹੁੰਦਾ ਹੈਗਾ ਜੀ। ਠੀਕ ਹੈ, ਜੇ ਸਿੱਧਾ ਸੌਣੇ ਆਪਾਂ ਤਾਂ ਆਪਾਂ ਨੂੰ ਚੰਗੀ ਨੀਂਦ ਆਉਂਦੀ ਹੈ, ਸਵੇਰੇ ਥਕਾਨ ਨਹੀਂ ਹੁੰਦੀ, ਰਾਤ ਨੂੰ ਬਹੁਤ ਗੰਦੇ ਘਰਾੜੇ ਨਹੀਂ ਵੱਜਦੇ ਤਾਂ ਠੀਕ ਹੈ ਜੀ। ਠੀਕ ਹੈ, ਜੇ ਆਪਣੇ ਆਪਾਂ ਘਰਾੜੇ ਮਾਰਦੇ ਹਾਂ ਤੇ ਰਾਤ ਨੂੰ ਕੋਈ ਆਪਾਂ ਨੂੰ ਕਹਿੰਦਾ ਘਰਾੜੇ ਤੇਰੇ ਬਹੁਤ ਗੰਦੇ ਆ ਤੇ ਰਾਤ 'ਚ ਵੀ ਖੜ ਜਾਂਦਾ ਤੂੰ ਘਰਾੜੇ ਮਾਰਦਾ ਮਾਰਦਾ, ਤੇ ਸਵੇਰੇ ਆਪਾਂ ਨੂੰ ਥਕਾਨ ਹੁੰਦੀ ਹੈ, ਆਪਣਾ ਭਾਰ ਵੱਧਦਾ, ਜਾਂ ਦਿਨੇ ਨੀਂਦ ਆਉਂਦੀ ਹੈ, ਜਾਂ ਚੰਗੀ ਤਰ੍ਹਾਂ ਸੋਚਿਆ ਨਹੀਂ ਜਾਂਦਾ, ਖਿੱਚ ਚੜ੍ਹਦੀ ਹੈ, ਤਾਂ ਮਤਲਬ ਆਪਣਾ ਸੌਣ ਦਾ ਢੰਗ ਗਲਤ ਹੈ ਜੀ। ਸੋ ਜਿਹੜਾ ਤੁਸੀਂ ਕਿਹਾ ਕਿ ਜੇਕਰ ਖਿੱਝ ਚੜ੍ਹਦੀ ਹੈ ਤਾਂ ਇਹਦਾ ਮਤਲਬ ਸਮਝ ਲਓ ਵੀ ਨੀਂਦ ਪੂਰੀ ਨਹੀਂ ਹੋਈ, ਨੀਂਦ ਪੂਰੀ ਨਹੀਂ ਜੀ। ਇਹਦੇ ਨੁਕਸਾਨ ਕੀ ਨੇ, ਜਦੋਂ ਤੁਸੀਂ ਆਖਿਆ ਘਰਾੜੇ ਰੁਕ ਜਾਂਦੇ ਨੇ ਜਾਂ ਹੋਰ ਹੈ, ਇਹ ਕੀ ਚੀਜ਼ਾਂ ਹੁੰਦੀਆਂ ਤਾਂ ਕੀ ਨੁਕਸਾਨ ਹੋ ਸਕਦਾ? ਆਪਾਂ ਜਿਹੜੀ ਚੀਜ਼ ਦੀ ਗੱਲ ਕਰ ਰਹੇ ਹਾਂ ਉਹਨੂੰ ਕਹਿੰਦੇ ਆ ਓਬਸਟ੍ਰਕਟਿਵ ਸਲੀਪ ਐਪਨੀਆ ਜੀ। ਓਕੇ, ਇਹਦਾ ਹੁੰਦਾ ਕਿ ਆਪਣੀ ਸਾਹ ਦੀ ਨਾੜੀ ਜਿਹੜੀ ਕਿ 0.8 ਸੈਂਟੀਮੀਟਰ ਤੋਂ ਲੈ ਕੇ 1 ਸੈਂਟੀਮੀਟਰ ਤੱਕ ਹੁੰਦੀ ਹੈ ਜੀ, ਜਿਹੜੀ ਆਪਣੀ ਸਭ ਤੋਂ ਨੈਰੋ ਪੋਰਸ਼ਨ ਹੈ। ਰਾਤ ਨੂੰ ਆਪਾਂ ਸਿੱਧਾ ਸੌਂਦੇ ਹਾਂ ਜਦੋਂ, ਤੇ ਕਈ ਵਾਰ ਜੀਭ ਢਿੱਲੀ ਹੋ ਜਾਂਦੀ ਹੈ, ਸਾਰੇ ਮਸਲੇ ਢਿੱਲੇ ਹੋ ਜਾਂਦੇ, ਜੀਭ ਵੀ ਢਿੱਲੀ ਹੋ ਜਾਂਦੀ ਹੈ ਜੀ। ਜੇ ਜੀਭ ਆਪਣੀ ਢਿੱਲੀ ਹੋ ਕੇ ਉਹਦੇ ਉੱਤੇ ਚਲੀ ਜਾਂਦੀ ਹੈ, ਆਪਣੀ ਸਾਹ ਨਾੜੀ ਤੇ ਪਿੱਛੇ ਡਿੱਗ ਪੈਂਦੀ, ਪਿੱਛੇ ਡਿੱਗ ਪੈਂਦੀ ਹੈ, ਜਿਹੜੀ ਕਿ ਆਮ ਹੁੰਦਾ ਹੀ ਥੋੜਾ ਮੋਟਾ ਬੰਦਾ ਜੀ ਫਿਟਨੈਸ ਸਹੀ ਨਹੀਂ ਗਈ ਹੈ ਤੇ ਉਹ ਘਾੜੇ ਵੱਜਣ ਲੱਗ ਪੈਂਦੇ ਆ ਜੀ। ਤੇ ਉਹਦਾ ਹੁੰਦਾ ਕਿ ਜੇ ਕਈ ਲੋਕਾਂ ਦਾ ਬਿਲਕੁਲ ਹੀ ਬੰਦ ਹੋ ਜਾਂਦਾ, ਠੀਕ ਹੈ, ਤੇ ਆਪਣਾ ਦਿਮਾਗ ਫਿਰ ਉਹਨੂੰ ਉਠਾ ਦਿੰਦਾ, ਬੰਦਾ ਅੱਖਾਂ ਖੋਲ ਲੈਂਦਾ, ਪਾਸਾ ਲੈ ਲੈਂਦਾ, ਪਰ ਉਹਨੂੰ ਐਂ ਨਹੀਂ ਪਤਾ ਲੱਗਦਾ ਉੱਠਿਆ ਸੀਗਾ ਉਹ। ਅੱਛਾ, ਮੈਨੂੰ ਪਤਾ ਨਹੀਂ ਲੱਗਦਾ ਮੇਰੇ ਨਾਲ ਇਹ ਘਟਨਾ ਵਾਪਰ ਗਈ। ਹਾਂ, ਉਹ ਇਹ ਨਹੀਂ ਹੁੰਦਾ, ਕਈ ਵਾਰ ਇੱਕ ਰਾਤ 'ਚ ਨਾ 100-100 ਵਾਰੀ ਉੱਠਦੇ ਆ ਬੰਦੇ। ਅੱਛਾ ਜੀ, ਠੀਕ ਹੈ, ਉਹ ਉੱਠਦੇ ਆ, ਅੱਖਾਂ ਖੋਲਦੇ ਆ, ਪਾਸਾ ਲੈ ਕੇ ਫਿਰ ਘਾੜੇ ਚੱਲ ਸ਼ੁਰੂ ਹੋ ਜਾਂਦੇ ਆ, ਠੀਕ ਹੈ, ਤੇ ਉਹ ਜਿੰਨਾ ਚਿਰ ਕੋਈ ਹੋਰ ਦੂਜਾ ਬੰਦਾ ਨਹੀਂ ਦੱਸਦਾ ਉਹਨਾਂ ਨੂੰ ਪਤਾ ਨਹੀਂ ਹੁੰਦਾ ਹੈਗਾ, ਜਾਂ ਫਿਰ ਕੋਈ ਟੈਸਟ ਨਹੀਂ ਕਰਦੇ ਆਪਾਂ ਜੀ। ਇਹ ਸਲੀਪ ਐਪਨੀਆ ਕਰਕੇ ਫਿਰ ਇਹ ਤਾਂ ਮੈਂ ਤਾਂ ਆਪਦੇ ਮਰੀਜ਼ ਪੇਸ਼ੈਂਟਸ ਨੂੰ ਕਹਿੰਦਾ ਹੁੰਦਾ, ਇਹ ਤਾਂ ਸਾਰੇ ਬਿਮਾਰੀ ਦਾ ਪਿਓ ਹੈ ਜੀ। ਜੇ ਆਪਾਂ ਡਾਇਬਟੀਜ਼ ਕਹਿੰਦੇ ਹਾਂ, ਸਾਰੀ ਬਿਮਾਰੀ ਮਾਂ ਹੈਗੀ ਹੈ, ਇਹ ਪਿਓ ਹੈਗਾ, ਇਹ ਡਾਇਬਟੀਜ਼ ਵੀ ਹੋ ਜਾਂਦੀ ਹੈ ਜੀ। ਠੀਕ ਹੈ, ਵੀ ਆਪਾਂ ਸਾਹ ਚੰਗੀ ਤਰ੍ਹਾਂ ਨਹੀਂ ਲਵਾਂਗੇ, ਰਾਤ ਨੂੰ ਦਿਮਾਗ ਵੀ ਸੌਂਦਾ ਨਹੀਂ, ਕਿਉਂਕਿ ਆਪਣੀ ਝਾਕੀ ਜਾਂਦਾ ਹੁੰਦਾ ਵੀ ਬੰਦੇ ਕੋਲ ਸਾਹ ਬੰਦ ਹੋਇਆ ਤੇ ਮੈਂ ਠਾਵਾਂ ਇਹਨੂੰ, ਠੀਕ ਹੈ, ਉਧਰੋਂ ਜੇ ਆਕਸੀਜਨ ਸੈਚੁਰੇਸ਼ਨ ਆਪਣੀ ਘੱਟ ਜਾਂਦੀ ਹੈ ਜੀ, ਠੀਕ ਹੈ, ਫਿਰ ਉਹ ਆਪਣੀ ਸਾਰੀ ਬੋਡੀ ਕਹਿੰਦੀ ਵੀ ਆਕਸੀਜਨ ਘੱਟ ਹੈ, ਸਾਨੂੰ ਹੋਰ ਖੂਨ ਦਿਓ, ਫਿਰ ਹਾਰਟ ਨੂੰ ਵੀ ਤੇਜ਼ ਕੰਮ ਕਰਨਾ ਪੈਂਦਾ ਜੀ। ਠੀਕ ਹੈ, ਹੁਣ ਜਿਹੜਾ ਆਪਣਾ ਰਾਤ ਨੂੰ ਆਪਣੀ ਬੋਡੀ ਆਪਣੀ ਸੇਫ ਮੋਡ ਜਾਣਾ ਹੁੰਦਾ ਵੀ ਆਪਣਾ ਦਿਮਾਗ ਨੇ ਅੱਧਾ ਸੌਣਾ ਹੁੰਦਾ, ਹਾਰਟ ਨੇ ਵੀ 50-40% ਕੰਮ ਬੰਦ ਕਰਨਾ ਹੁੰਦਾ, ਮਤਲਬ 50 ਬੀਟਸ ਪਰ ਮਿੰਟ ਹੁੰਦੀਆਂ ਆਲਮੋਸਟ, ਠੀਕ ਹੈ, ਉਸੇ ਹਾਰਟ ਨੂੰ 110 ਵਾਰੀ ਚੱਲਣਾ ਪੈਂਦਾ ਇੱਕ ਮਿੰਟ 'ਚ, ਸਾਰੇ ਦਿਮਾਗ ਨੂੰ ਕੰਮ ਕਰਨਾ ਪੈਂਦਾ, ਠੀਕ ਹੈ, ਤੇ ਉਹ ਵੀ ਹਾਰਟ ਰਜਿਸਟੈਂਟ ਦੇ ਅਗੇਂਸਟ, ਕਿਉਂਕਿ ਆਪਣੇ ਸਾਰੇ ਮਸਲ ਢਿੱਲੇ ਹੋ ਜਾਂਦੇ ਆ ਤੇ ਇਸ ਕਰਕੇ ਆਪਾਂ ਨੂੰ ਹਾਰਟ ਨੂੰ ਜ਼ਿਆਦਾ ਕੰਮ ਕਰਨਾ ਪੈਂਦਾ ਇਸ ਕਰਕੇ ਜੀ, ਤੇ ਇਸ ਸਾਰੀ ਬਿਮਾਰੀ ਇਸੇ ਨਾਲ ਇਕੱਠੀਆਂ ਹੁੰਦੀਆਂ ਜੀ ਜੀ। ਫਿਰ ਇਹਦਾ ਜਿਵੇਂ ਕਹਿੰਦੇ ਆ ਕਿ ਜਿਵੇਂ ਤੁਸੀਂ ਕਿਹਾ ਕਿ ਖਾਸ ਕਰਕੇ ਜਿਹੜਾ ਮੇਰੇ ਵਰਗੇ ਮੋਟੇ ਬੰਦੇ ਹੈਗੇ ਆ, ਆਪਾਂ ਸਪੈਸ਼ਲੀ ਕਹਿੰਦੇ ਕਿ ਉਹਨਾਂ ਨੂੰ ਇਹ ਪ੍ਰੋਬਲਮ ਆਉਂਦੀ ਹੈ, ਜੇ ਮੈਨੂੰ ਵੀ ਕਈ ਵਾਰੀ ਘਰਾੜੇ ਜਿਹੜੇ ਆ ਖੁਦ ਨੂੰ ਸੁਣ ਜਾਂਦੇ ਆ ਵੀ ਮੈਨੂੰ ਘਰਾੜਾ ਆ ਗਿਆ, ਹਾਂਜੀ ਮੈਂ ਜਾਗ ਪੈਂਦਾ ਉਸ ਚੀਜ਼ ਨੂੰ ਲੈ ਕੇ ਜਦੋਂ ਜ਼ਿਆਦਾ ਘਰਾੜਾ ਆ ਗਿਆ ਆਪਣੇ ਆਪ ਨੂੰ ਸੁਣ, ਪਰ ਜਿਹੜਾ ਕੀ
ਪਾਸੇ ਬਦਲਣ ਨਾਲ ਘਰਾੜਿਆਂ ਦਾ ਜਿਹੜਾ ਕਿ ਬੰਦ ਹੋ ਜਾਂਦੇ ਨੇ, ਜਾਂ ਜੇਕਰ ਜਿਵੇਂ ਇਸ ਤਰ੍ਹਾਂ ਦੀ ਮੁਸ਼ਕਲ ਆਉਂਦੀ ਹੈ ਕਿ ਉਹਨੂੰ ਪਾਸਾ ਲੈ ਕੇ ਸੌਂ ਜਾਣਾ ਚਾਹੀਦਾ ਅਤੇ ਕਿਹੜੇ ਪਾਸੇ ਸੌਣਾ ਚਾਹੀਦਾ? ਪਾਸਾ ਲੈ ਕੇ ਵੀ ਕਈ ਕਈ ਲੋਕਾਂ ਦੇ ਤਾਂ ਬਹੁਤ ਸਾਰੇ ਲੋਕਾਂ ਠੀਕ ਹੋ ਜਾਂਦਾ ਕੰਮ, ਪਰ ਕਰੀਬ 40% ਲੋਕਾਂ ਦਾ ਪਾਸਾ ਲੈ ਕੇ ਵੀ ਠੀਕ ਨਹੀਂ ਹੁੰਦਾ ਹੈਗਾ। ਅੱਛਾ ਜੀ, ਠੀਕ ਹੈ, ਕਿਉਂਕਿ ਉਹਨਾਂ ਦੀ ਜੇਕਰ ਆਪਣੀ ਗਰਦਨ ਛੋਟੀ ਹੈਗੀ ਹੈ, ਠੀਕ ਹੈ, ਉਹ ਪਾਸਾ ਜੀ ਵੀ ਥੋੜ੍ਹਾ ਮੋਟਾ ਸਾਈਜ਼ ਦਾ ਫਰਕ ਹੁੰਦਾ ਹੈਗਾ, ਤਾਂ ਪਾਸਾ ਲੈ ਕੇ ਵੀ ਉਹ ਕੰਮ ਚੱਲਦਾ ਰਹਿੰਦਾ ਕਈ ਲੋਕਾਂ ਦਾ ਜੀ। ਠੀਕ ਹੈ, ਇਹ ਤਾਂ ਜਿੰਨਾ ਚਿਰ ਆਪਾਂ ਨੂੰ ਕੋਈ ਦੂਜਾ ਬੰਦਾ ਨਾ ਦੱਸੇ, ਠੀਕ ਹੈ, ਜਾਂ ਆਪਣੇ ਸਾਰੇ ਸਿਮਟਮ ਮਿਲਦੇ ਹੈਗੇ ਹੈ ਸਲੀਪ ਐਪਨੀਆ ਨਾਲ, ਤਾਂ ਜਾਂ ਫਿਰ ਸਲੀਪ ਸਟੱਡੀ ਕਰਾ ਲਓ, ਠੀਕ ਹੈ, ਜਿਹੜਾ ਕਿ ਜ਼ਿਆਦਾ ਮਤਲਬ ਐਕਸਪੈਂਸਿਵ ਟੈਸਟ ਹੈ ਨੀਗਾ, ਆਸਟ੍ਰੇਲੀਆ 'ਚ ਤਾਂ ਉਹੀ $50 ਹੋ ਜਾਂਦਾ ਘਰੇ। ਨਹੀਂ, ਤੁਹਾਡੇ ਆਸਟ੍ਰੇਲੀਆ ਦੇ ਵਿੱਚ, ਚਲੋ ਤੁਸੀਂ ਆਸਟ੍ਰੇਲੀਆ ਪਰਥ ਦੇ ਵਿੱਚੋਂ ਉਸ 'ਤੇ, ਅਤੇ ਸਾਡੇ ਲਿਸਨਰਸ ਵੀ ਕਾਫੀ ਪਰਥ ਤੋਂ ਹੈਗੇ ਨੇ, ਜਾਂ ਇਹ ਕਿਸ ਤਰ੍ਹਾਂ ਦਾ ਟੈਸਟ ਅਤੇ ਕਿਵੇਂ ਜਿਹੜਾ ਕਿੱਥੇ ਜਿਹੜਾ ਹੁੰਦਾ ਨੇ ਅਕਸਰ, ਕਿਵੇਂ ਜਿਹੜਾ ਇਹਨੂੰ ਕਰ ਸਕਦੇ? ਇਹ ਸਲੀਪ ਐਪਨੀਆ ਟੈਸਟ ਨੂੰ ਕਹਿੰਦੇ ਸਲੀਪ ਸਟੱਡੀ ਸੀ ਜੀ। ਠੀਕ ਹੈ, ਇਹ ਤਾਂ ਮਤਲਬ ਕਿ ਜਿਵੇਂ ਆਖਿਆ ਸੀਗਾ $50 ਲੱਖ ਸ਼ੁਰੂ ਹੋ ਜਾਂਦਾ, ਠੀਕ ਹੈ, $700 ਤੱਕ ਚੱਲਦਾ ਹੈਗਾ ਜਿੰਨਾ ਇੱਥੋਂ ਦੇ ਬੰਦੇ ਕਪੈਸਿਟੀ ਹੈਗੀ ਹੈ ਜੀ। ਸਭ ਤੋਂ ਸਸਤਾ ਰੈਸਟ ਇਹ ਹੁੰਦਾ ਵੀ ਆਪਾਂ ਫਾਰਮੇਸੀ 'ਤੇ ਜਾਈਏ, 777 ਫਾਰਮੇਸੀ ਹੈਗੀ, ਜਿਵੇਂ ਉਹਨਾਂ ਨੂੰ ਆਖੀਏ ਸਾਨੂੰ ਸਲੀਪ ਮਸ਼ੀਨ ਦੇ ਦਿਓ ਕਿਰਾਏ 'ਤੇ ਹਫ਼ਤੇ ਵਾਸਤੇ। ਅੱਛਾ ਜੀ, ਠੀਕ ਹੈ, ਜਾਂ ਇੱਕ ਦਿਨ ਇੱਕ ਰਾਤ ਵਾਸਤੇ, ਠੀਕ ਹੈ, ਉਹ ਤੁਹਾਨੂੰ ਧੋਤੀ ਮਸ਼ੀਨ ਦੇਣਗੇ, ਨਵੇਂ ਮਾਸਕ ਦੇਣਗੇ, ਦੱਸ ਦੇਣੇ ਕਿਵੇਂ ਲਾਉਣਾ, ਠੀਕ ਹੈ, ਆਟੋਮੈਟਿਕ ਮਸ਼ੀਨ ਹੁੰਦੀ ਹੈ ਉਹ। ਇਹ ਤਾਂ ਅਮਰੀਕਾ ਕੈਨੇਡਾ 'ਚ ਕਿਤੇ ਵੀ ਹੋ ਸਕਦਾ? ਹਾਂ, ਸਾਰੇ ਕਿਤੇ ਹੁੰਦੇ ਆ, ਇੱਥੇ ਵੀ ਇੰਡੀਆ 'ਚ ਵੀ ਹੈਗਾ, ਸਾਰੇ ਕਿਤੇ ਹੈਗੀ। ਅੱਛਾ ਜੀ, ਅਤੇ ਉਹ ਮਸ਼ੀਨ ਲਾ ਕੇ ਸੌਂਦੇ ਰਾਤ ਨੂੰ ਆਪਾਂ, ਠੀਕ ਹੈ, ਪਹਿਲੇ ਤਾਂ ਨੀਂਦ ਨਹੀਂ ਆਉਂਦੀ ਆਪਾਂ ਨੂੰ ਕਈ ਵਾਰੀ, ਪਰ ਇਹ ਹੁੰਦਾ ਵੀ ਜਦੋਂ ਫੜ ਕੇ ਸੌਂ ਲਓ ਇੱਕ ਵਾਰੀ, ਔਖੇ ਸੌਖੇ ਹੋ ਗਏ, ਠੀਕ ਹੈ, ਨੀਂਦ ਪੱਕਾ ਆਊਗੀ, ਇੱਕ ਵਾਰੀ ਜੋ ਨੀਂਦ ਆ ਗਈ ਫਿਰ ਤੁਹਾਨੂੰ ਨੀਂਦ ਬਹੁਤ ਚੰਗੀ ਆਊਗੀ ਜੀ, ਅਤੇ ਸਵੇਰੇ ਚੱਕ ਕੇ ਮਸ਼ੀਨ ਉਹ ਵਾਪਸ ਕਰ ਦਿਓ ਆਪਣੀ, ਅਤੇ ਉਹ ਡਾਟਾ ਕੱਢ ਕੇ ਵੇਖ ਲੈਂਦੇ ਬੰਦੇ ਨੂੰ ਕਿੰਨੇ ਵਾਰੀ ਮਸ਼ੀਨ ਯੂਜ਼ ਕਰਨੀ ਪਈ ਜੀ, ਕਿਉਂਕਿ ਆਟੋਮੈਟਿਕ ਮਸ਼ੀਨ ਹੁੰਦੀ ਹੈ, ਉਹ ਉਦੋਂ ਹੀ ਚੱਲੂਗੀ ਜੋ ਉੱਥੋਂ ਲੋਡ ਹੋਊਗੀ, ਜੇ ਸਾਹ ਬੰਦ ਹੋ ਗਿਆ ਮਸ਼ੀਨ ਚੱਲ ਪੂਗੀ, ਨਹੀਂ ਤਾਂ ਮਸ਼ੀਨ ਬੰਦ ਹੈ, ਠੀਕ ਹੈ, ਉਹ ਫਿਰ ਉਹ ਦੱਸ ਦਿੰਦੀ ਹੈ ਕਿੰਨੇ ਵਾਰ ਮਸ਼ੀਨ ਚੱਲੀ ਹੈ, ਕਿੰਨਾ ਪ੍ਰੈਸ਼ਰ ਸੀਗਾ, ਕਿੰਨਾ ਤੁਹਾਡੀ ਸੈਚੂਰੇਸ਼ਨ ਘੱਟ ਗਈ ਸੀਗੀ, ਕਿੰਨੇ ਵਾਰ ਤੁਸੀਂ ਪਾਸਾ ਲਿਆ, ਕਿੰਨਾ ਤੁਸੀਂ ਹਾਰਟ ਬੀਟ ਸੀਗੀ, ਸਾਰੇ ਕੁਛ ਦੱਸ ਦਿੰਦੇ ਜੀ। ਅਤੇ ਇਹ ਜਿਹੜੀਆਂ ਮਸ਼ੀਨਾਂ ਹੁੰਦੀਆਂ ਨੇ, ਜਿਵੇਂ ਤੁਸੀਂ ਆਖਿਆ ਕਿ ਸਵੇਰੇ ਵਾਪਸ ਕਰਿਓ, ਹਰ ਰੋਜ਼ ਡਾਟਾ ਜਿਹੜਾ ਇਹਦੇ ਚੋਂ ਕੱਢਣਾ ਪੈਂਦਾ ਜਾਂ 7 ਦਿਨਾਂ ਦਾ ਕੱਟਾ? ਨਹੀਂ ਤਾਂ ਕਦੋਂ ਮਰਜ਼ੀ ਇੱਕੋ ਰਾਤ ਟੈਸਟ ਕਰਨਾ ਅਤੇ ਇੱਕ ਰਾਤ ਦੀ ਡਾਟਾ ਕੱਢ ਲੈਂਦੇ ਜੀ ਉਹ। ਅੱਛਾ, ਠੀਕ ਹੈ, ਨਹੀਂ ਤਾਂ ਹਫ਼ਤਾ ਰੱਖ ਕੇ ਹਫ਼ਤਾ ਵੀ ਕਰ ਸਕਦੇ ਆਪਾਂ ਜੀ, ਪਰ ਯੂਜਲੀ ਜੇ ਆਪਾਂ ਕਿਸੇ ਸਲੀਪ ਆਪਾਂ ਕਲੀਨਿਕ 'ਤੇ ਜਾਈਏ, ਉਹ ਇੱਕੋ ਰਾਤ ਵਾਲੀ ਮਸ਼ੀਨ ਦਿੰਦੇ ਆਪਾਂ ਨੂੰ, ਠੀਕ ਨੇ। ਇਹ ਮੈਂ ਇਹ ਗੱਲ ਤਾਂ ਸ਼ੁਰੂ ਹੋਈ ਹੈ ਕਿ ਰੀਸੈਂਟਲੀ ਹੁਣ ਨਾ ਕਈ 2-3-4 ਕੇਸ ਹੋ ਗਏ ਮੈਨੂੰ ਜਾਣ ਪਛਾਣ ਦੇ, ਕਿ ਯੰਗ ਬੰਦਾ ਹੈਗਾ 35 ਸਾਲਾਂ ਦਾ, 40 ਸਾਲਾਂ, 45 ਸਾਲਾਂ ਦਾ ਜੀ, ਸੁੱਤਾ ਪਿਆ ਨਹੀਂ ਉੱਠਿਆ। ਅੱਛਾ, ਠੀਕ, ਸੁੱਤਿਆ ਪਿਆ ਰਹਿ ਗਿਆ, ਠੀਕ ਹੈ, ਉਹਨਾਂ ਦਾ ਵੀ ਉਹਨਾਂ ਚੋਂ ਮਤਲਬ ਅੱਧਿਆਂ ਨਾਲ ਵੱਧ ਬੰਦਿਆਂ ਨੂੰ ਇਹ ਪ੍ਰੋਬਲਮ ਹੋਣੀ, ਆਪਾਂ ਨੂੰ ਪਤਾ ਨਹੀਂ ਹੁੰਦਾ, ਪਤਾ ਨਹੀਂ ਹੁੰਦਾ ਕਈ ਵਾਰ, ਅਤੇ ਇਸ ਕਰਕੇ ਮੈਂ ਵੀ ਮੇਰਾ ਤਾਂ ਇਹ ਫਰਜ਼ ਹੈਗਾ ਕਿ ਲੋਕਾਂ ਨੂੰ ਦੱਸਾਂ ਵੀ ਇਹ ਬਿਮਾਰੀ ਹੈਗੀ ਹੈ, ਇਹ ਬੜੀ ਔਖੀ ਵੀ ਨਹੀਂ ਸੰਭਾਲਣੀ, ਪਰ ਜੇ ਨਾ ਸੰਭਾਲੀਏ ਤਾਂ ਆਪਣੀ ਅੱਧੀ ਜ਼ਿੰਦਗੀ ਖਰਾਬ ਹੋ ਜਾਂਦੀ ਹੈ। ਇਹਨੂੰ ਸੰਭਾਲਿਆ ਕਿਵੇਂ, ਮਤਲਬ ਕਿ ਸੰਭਾਲਿਆ ਕਿਵੇਂ ਜਾ ਸਕਦਾ? ਜਿਵੇਂ ਤੁਸੀਂ ਸੱਜੇ ਖੱਬੇ ਦੀ ਵੀ ਗੱਲ ਕੀਤੀ, ਉੱਥੇ ਵੀ ਮੁਸ਼ਕਲ ਨਹੀਂ ਹੱਲ ਹੁੰਦੀ, ਤੇ ਇਹ ਬੇਸਿਕਲੀ ਘਰਾੜਿਆਂ ਨਾਲ ਹੀ ਜੁੜੀ ਹੋਈ ਬਿਮਾਰੀ ਹੈ ਜਾਂ ਹੋਰ ਵੀ ਕੋਈ ਇਹਦੇ ਨਾਲ ਪ੍ਰੋਬਲਮ ਹੈਗੀ ਹੈ? ਘਰਾੜੇ ਤਾਂ ਇੱਕ ਸਿਮਟਮ ਹੈਗਾ, ਇੱਕ ਮਤਲਬ ਸਾਈਨ ਹੈਗਾ, ਸਾਈਨ, ਉਹ ਤਾਂ ਕਹਿੰਦੇ ਵੀ 70% ਲੋਕਾਂ ਨੂੰ ਘਰਾੜੇ ਆਉਂਦੇ ਨੇ, ਕਹਿੰਦੇ ਡੂੰਗੀ ਨੀਂਦ ਵੀ ਘਰਾੜਿਆਂ ਦਾ ਇੱਕ ਜਿਹਨੂੰ ਆਪਾਂ ਨਿਸ਼ਾਨੀ ਮੰਨ ਲੈਂਦੇ ਹਾਂ, ਪਰ ਜਿਹੜੀ ਇਹ ਤੁਸੀਂ ਦੱਸੀ ਹੈ ਕਿ ਜਿਹੜੀ ਸਾਹ ਰੁਕਦੀ ਹੈ, ਬੰਦਾ ਇੱਕੇਦਮ ਜਾਗਦਾ ਜਾਂ ਪਤਾ ਨਹੀਂ ਲੱਗਦਾ ਗਾ, ਬੰਦੇ ਨੂੰ ਵੀ ਨਹੀਂ ਪਤਾ ਲੱਗਦਾ ਜਿਵੇਂ ਤੁਸੀਂ ਆਖਿਆ, ਫਿਰ ਇਹ ਸਿਮਟਮਸ ਜਿਹੜੇ ਹੈਗੇ ਨੇ ਉਹਦੇ ਫੈਮਿਲੀ ਮੈਂਬਰ ਨੂੰ ਪਤਾ ਲੱਗਣ, ਜਾਂ ਨਾਲ ਪਿਆ ਬੰਦਾ ਜੇ ਹਸਬੈਂਡ ਵਾਈਫ ਪਏ ਨੇ, ਤਾਂ ਨਾਲ ਜੇ ਕੋਈ ਜਰਕ ਬਾਡੀ ਜਰਕ ਮਾਰਦੀ ਹੈ ਜਾਂ ਬੰਦਾ ਇੱਕੇਦਮ ਉਹ ਜਿਹਨੂੰ ਆਪਾਂ ਕਹਿੰਦੇ ਵੀ ਕਰੰਟ ਲੱਗਦਾ ਹੈਗਾ, ਉਸ ਢੰਗ ਦੇ ਨਾਲ ਜਿਹੜਾ ਪਤਾ ਲੱਗੇ, ਕਿਉਂਕਿ ਸਭ ਤੋਂ ਪਹਿਲਾਂ ਸਾਡੇ ਲਈ ਮਕਸਦ ਤਾਂ ਸਿਮਟਮ ਨੂੰ ਆਈਡੈਂਟੀਫਾਈ ਕਰਨਾ, ਉਹ ਕਿਵੇਂ ਹੁੰਦਾ ਨੋਰਮਲ ਦੇਖਣ ਤੋਂ ਫਿਜ਼ੀਕਲੀ? ਜਿਵੇਂ ਆਪਾਂ ਗੱਲ ਕਰੀਏ ਫਿਜ਼ੀਕਲੀ ਦੇਖਣ, ਤਾਂ ਬੰਦਾ ਬਹੁਤ ਲੱਕੀ ਹੋਵੇ ਤਾਂ ਉਹਦੇ ਘਰ ਵਾਲੀ ਦੇਖ ਲੈਂਦੀ ਹੈ, ਬੱਚੇ ਦੇਖ ਲੈਂਦੇ ਆ, ਠੀਕ ਹੈ, ਯੂਜਲੀ ਅਸੀਂ ਕਲੀਨਿਕ 'ਚ ਤਾਂ ਹੁੰਦਾ ਵੀ ਬੰਦਾ ਹਾਈ ਬਲੱਡ ਪ੍ਰੈਸ਼ਰ ਕਰਕੇ ਆਇਆ ਜੀ, ਠੀਕ ਹੈ, ਵੀ ਥੋੜ੍ਹਾ ਯੰਗ ਬੰਦਾ ਹੈਗਾ,
ਬਲੱਡ ਪ੍ਰੈਸ਼ਰ ਕਰਕੇ ਆਇਆ ਹਾਈ ਕਰਕੇ, ਤੇ ਅਸੀਂ ਬਲੱਡ ਪ੍ਰੈਸ਼ਰ ਦਵਾਈ ਦਿੰਦੇ ਹਾਂ ਉਹਨੂੰ, ਬਲੱਡ ਪ੍ਰੈਸ਼ਰ ਫਿਰ ਵੀ ਠੀਕ ਨਹੀਂ ਹੁੰਦਾ ਗਾ, ਠੀਕ ਹੈ, ਕਿੰਨੇ ਵਾਰੀ ਦਵਾਈ ਵਧਾਈ ਆ ਬਲੱਡ ਪ੍ਰੈਸ਼ਰ ਫਿਰ ਠੀਕ ਨਹੀਂ ਹੁੰਦਾ ਗਾ, ਤੇ ਫਿਰ ਉਹਨਾਂ ਨੂੰ ਹੁੰਦਾ ਵੀ ਕਾਹਲੇ ਬਈ ਤੂੰ ਸਲੀਪ ਸਟੱਡੀ ਕਰਾ ਲੈ, ਕਿਉਂਕਿ ਜੇ ਇਕੱਲਾ ਬਲੱਡ ਪ੍ਰੈਸ਼ਰ ਹੁੰਦਾ ਤਾਂ ਤੇਰਾ ਠੀਕ ਹੋਇਆ ਦਵਾਈ ਨਾਲ, ਠੀਕ ਹੈ, ਇਹਦਾ ਕੋਈ ਹੋਰ ਕਾਰਨ ਹੈ ਤੇਰਾ ਹਾਈ ਬਲੱਡ ਪ੍ਰੈਸ਼ਰ ਦਾ, ਜਾਂ ਬੰਦਾ ਆਖੀ ਮੈਂ ਥੱਕਿਆ ਰਹਿੰਦਾ ਸਾਰਾ ਦਿਨ, ਠੀਕ ਹੈ, ਮੈਨੂੰ ਡਿਪਰੈਸ਼ਨ ਹੈਗੀ ਹੈ, ਮੈਨੂੰ ਵੀ ਬਹੁਤ ਟਾਇਰਡ ਰਹਿਣਾ ਦਿਨੇ ਮੈਂ, ਤੇ ਮੈਨੂੰ ਖਿੱਚ ਚੜ੍ਹਦੀ ਹੈ, ਠੀਕ ਹੈ, ਮੇਰਾ ਸੁਭਾਅ ਠੀਕ ਨਹੀਂ ਗਾ, ਮੈਂ ਇੱਥੋਂ ਕੰਮ ਨਹੀਂ ਹੁੰਦਾ ਗਾ, ਤੇ ਇਸ ਕਰਕੇ ਫਿਰ ਆਪਾਂ ਟੈਸਟ ਕਰਾ ਲਈਦਾ ਵੀ ਲੋਕਾਂ ਦਾ। ਜੀ ਟਿਵਾਣਾ ਸਾਹਿਬ ਆਉਣੇ ਰੋ ਜੀ, ਠੀਕ ਹੈ ਬਾਈ, ਹਾਂਜੀ ਹਾਂਜੀ ਹੁਣ ਠੀਕ ਹੈ, ਠੀਕ ਹੈ ਜੀ, ਮੈਂ ਖੁਦ ਇਸ ਪ੍ਰੋਬਲਮ ਚੋਂ ਨਿਕਲ ਰਿਹਾ ਤੇ ਸ਼ੁਰੂਆਤ ਕਰਨੀ ਹੈ ਆਪਣੇ ਹੋਰ ਵੀ ਚੀਜ਼ਾਂ ਕਿ ਬੰਦਾ ਬੇਟੇ ਨੂੰ ਵੀ ਪ੍ਰੋਬਲਮ ਹੈ, ਪਰ ਇੱਥੇ ਹੁਣ ਇੱਕ ਟੇਪ ਜੀ ਦਿੰਦੇ ਨੇ, ਇੱਕ ਪਲਾਸਟਿਕ ਦੀ ਕੁਛ ਵੱਡ ਜੀ ਟਾਈਪ, ਉਹ ਨੱਕ ਚ ਪਾ ਕੇ ਲੋਕੀ ਰਾਤ ਨੂੰ ਸੌਂਦੇ ਨੇ, ਸੋ ਪਤਾ ਤਾਂ ਸਾਨੂੰ ਲੱਗ ਜਾਂਦਾ, ਤੁਹਾਡੀ ਵਾਈਫ ਨੂੰ ਪਤਾ ਲੱਗ ਗਈ ਜਦ ਤੱਕ ਬਹੁਤ ਜ਼ਿਆਦਾ ਨਾ ਹੋਇਆ ਸਰ, ਪਰ ਬਾਕੀ ਜਿਵੇਂ ਡਾਕਟਰ ਨੇ ਕਿਹਾ ਵੀ ਬੰਦੇ ਸੁੱਤੇ ਰਹਿ ਜਾਂਦੇ ਨੇ ਆਪਣੇ ਬਲੱਡ ਜਿਹੜੀ ਆਕਸੀਜਨ ਦੀ ਘਾਟ, ਇੱਕ ਹੋਰ ਦੱਸਿਓ ਜੀ, ਕਈ ਲੋਕਾਂ ਦਾ ਸਿਲੰਡਰ ਆਕਸੀਜਨ ਦੇ ਡਾਕਟਰ ਵੱਲੋਂ ਰੈਕਮੈਂਡ ਕੀਤੇ ਹੋਏ, ਆਪਣੇ ਦਿਨ ਦੀ ਆਕਸੀਜਨ ਪੂਰੀ ਕਰ ਲੈਂਦੇ, ਸੋ ਇਹਦੇ ਨਾਲ ਵੀ ਕੁਛ ਰਿਲੇਟਡ ਦੋ ਤਿੰਨ ਬੰਦਿਆਂ ਨੂੰ ਜਾਣਦਾ, ਉਹ ਕਹਿੰਦੇ ਪੈਪਨੀਆ ਤੋਂ ਬਾਅਦ ਟੋਟਲੀ ਡਿਫਰੈਂਟ ਹੋ ਗਈ ਜੀ, ਤਾਂ ਹੀ ਹੁਣ ਮੈਂ ਵੀ ਜ਼ਿਆਦਾ ਮੋਟੀਵੇਟ ਹੋਇਆ ਇਸ ਪਾਸੇ, ਤੋਂ ਬੜੀ ਵਧੀਆ ਗੱਲਬਾਤ ਇਨਫੋਰਮੇਟਿਵ ਹੈ ਜੀ, ਹੋਰ ਵੀ ਜ਼ਰੂਰ ਜੇ ਕੋਈ ਗੱਲਾਂ ਜ਼ਰੂਰ ਦੱਸ ਕੇ ਜਾਇਓ ਜੀ, ਮੈਂ ਖਾਸ ਕਰਕੇ ਸਾਡੇ ਟਰੱਕਰ ਵੀਰਾਂ ਨੂੰ ਇਹ ਪ੍ਰੋਬਲਮ ਬਹੁਤ ਜ਼ਿਆਦਾ ਆਉਂਦੀ ਹੈ, ਗੰਨੇ ਵਾਲੇ ਸਾਹਿਬ ਧੰਨਵਾਦ ਜੀ, ਟਵਾਣਾ ਸਾਹਿਬ ਸਤਿ ਸ਼੍ਰੀ ਅਕਾਲ ਬਾਈ ਜੀ, ਤੇ ਆਪਣਾ ਇਹ ਗੱਲ ਤੁਸੀਂ ਗੱਲ ਕਰ ਰਹੇ ਸੀਗੇ ਆਪਣਾ ਵੀ ਆਹ ਨੱਕ ਬੰਦ ਰਹਿੰਦਾ ਨੱਕ ਵਗਦਾ ਰਹਿੰਦਾ ਹੈਗਾ, ਤੇ ਟਵਾਣਾ ਸਾਹਿਬ ਇੱਕ ਨਾ ਤੁਸੀਂ ਗੂਗਲ ਤੇ ਇੱਕ ਭਰ ਕੇ ਵੇਖ ਲਿਓ ਸਾਈਨਸ ਰਿੰਸ ਜੀ, ਠੀਕ ਹੈ ਜੀ, ਉਹ ਇੱਕ ਨਾ ਨੱਕ ਧੋਣ ਦੀ ਤਰੀਕਾ ਦੱਸਿਆ ਉਹਨਾਂ ਨੇ, ਠੀਕ ਹੈ, ਉਹ ਸਭ ਤੋਂ ਵਧੀਆ ਜਿਹੜੇ ਬੰਦੇ ਨੂੰ ਐਲਰਜੀ ਕਰਕੇ ਨੱਕ ਵਹਿੰਦਾ ਹੈਗਾ ਜਾਂ ਨੱਕ ਬੰਦ ਰਹਿੰਦਾ ਰਾਤ ਨੂੰ, ਠੀਕ ਹੈ, ਉਹ ਰਾਤ ਨੂੰ ਨੱਕ ਧੋ ਕੇ ਸੌਂ ਜੇ, ਠੀਕ ਹੈ, ਸਾਈਨਸ ਰਿੰਸ ਨਾਲ, ਤੇ ਧੋਣਾ ਕਹਿਣਾ ਤਾਂ ਮਤਲਬ ਦੇਸੀ ਕੰਮ ਹੈ, ਮਤਲਬ ਉਹਨੂੰ ਰਿੰਸ ਕਹਿੰਦੇ ਆਪਾਂ, ਉਹ ਨੱਕ ਹੀ ਥੋੜਾ ਕਦੇ ਵਗਦਾ ਫਿਰ ਉਹਦੇ ਪਿੱਛੋਂ, ਨਾ ਤੁਹਾਨੂੰ ਐਲਰਜੀ ਹੋਵੇ, ਐਲਰਜੀ ਘੱਟ ਜਾਂਦੀ ਹੈ, ਨਾਲੇ ਨੱਕ ਸਾਫ਼ ਰਹਿੰਦਾ, ਨਾਲੇ ਸਮੈਲ ਚੰਗੀ ਆਉਂਦੀ ਹੈ ਜੀ, ਉਹ ਜਿਵੇਂ ਆਪਾਂ ਜਿਵੇਂ ਛਿੱਕ ਮਾਰਦੇ ਹਾਂ ਬੜੀ ਗੰਦੀ ਸਮੈਲ ਆ ਜਾਂਦੀ ਹੈ, ਉਹ ਨੱਕ ਸਾਫ਼ ਕਰਨ ਨਾਲ ਚੰਗਾ ਠੀਕ ਹੋ ਜਾਂਦਾ, ਠੀਕ ਹੋ ਜਾਂਦਾ। ਦੂਸਰੀ ਗੱਲ ਇਹ ਕਹਿੰਦੇ ਸੀ ਕਿ ਆਕਸੀਜਨ ਦਾ ਜਿਹੜਾ ਹੈਗਾ ਇੱਕ ਸਿਲੰਡਰ ਜਿਹੜਾ ਕਈਆਂ ਨੂੰ ਰਿਕਮੈਂਡ ਕੀਤਾ ਹੋਇਆ, ਉਹ ਕਹਿੰਦੇ ਵੀ ਜਿਹੜਾ ਤੁਸੀਂ ਬਿਮਾਰੀ ਦੱਸ ਰਹੇ ਹੋ ਕਿ ਉਹਦੇ ਲਈ ਬੈਨੀਫਿਟ ਹੈ ਜਾਂ ਕਿਵੇਂ ਹੈਗਾ? ਨਹੀਂ ਨਹੀਂ ਚੌਹਾਨ ਸਾਹਿਬ, ਉਹਦੇ ਵਾਸਤੇ ਆਪਣਾ ਆਕਸੀਜਨ ਸਿਲੰਡਰ ਦੀ ਲੋੜ ਨਹੀਂ, ਆਪਣੀ ਹਵਾ 'ਚ ਬਥੇਰੀ ਆਕਸੀਜਨ ਹੈਗੀ ਹੈ ਜੀ, ਠੀਕ ਹੈ, ਇਹ ਤਾਂ ਆਕਸੀਜਨ ਸਿਲੰਡਰ ਆਪਣਾ ਕਰੂਗਾ ਕਿ ਆਪਣਾ ਸਾਹ ਅੰਦਰ ਜਾਂਦਾ ਹੀ ਨਹੀਂ ਗਾ ਜੀ, ਜੀ ਜੀ, ਠੀਕ ਨਾ, ਤੇ ਲੋਕਾਂ ਨੂੰ ਵੀ ਇਹ ਗੱਲ ਠੀਕ ਹੈ ਵੀ ਤੁਹਾਡੇ ਜਾਣ ਪਛਾਣ ਲੋਕਾਂ ਜਿਨ੍ਹਾਂ ਨੇ ਵੀ ਸਲੀਪ ਸਟੱਡੀ ਕਰਾਈ ਹੈਗੀ ਹੈ, ਉਹਨਾਂ ਨੇ ਮਸ਼ੀਨ ਲਈ, ਉਹਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ, ਫਾਇਦਾ ਤਾਂ ਬਹੁਤ ਜ਼ਿਆਦਾ ਹੁੰਦਾ ਜੀ, ਇੰਨਾ ਸੋਚ ਵੀ ਨਹੀਂ ਸਕਦੇ ਆਪਾਂ ਜੀ, ਠੀਕ ਨੇ, ਪਰ ਆਕਸੀਜਨ ਸਿਲੰਡਰ ਦਾ ਕੋਈ ਫਾਇਦਾ ਨਹੀਂ ਗਾ, ਇਹ ਤਾਂ ਮਤਲਬ ਕਿ ਤੁਸੀਂ ਮਸ਼ੀਨ ਦੀ ਆਦਤ ਪਾ ਲਓ, ਠੀਕ ਹੈ, ਜਾਂ ਫਿਰ ਆਪਣੀ ਫਿਟਨੈਸ ਇੰਨੀ ਕਰ ਲਓ, ਮਤਲਬ ਕਿ ਐਕਸਰਸਾਈਜ਼ ਕਰੋ, ਭਾਰ ਘਟਾ ਲਓ ਆਪਦਾ, ਠੀਕ ਹੈ, ਜਿਵੇਂ BMI ਆਪਦਾ 25 ਥੱਲੇ ਰੱਖੋ, ਪੂਰੀ ਫਿਟਨੈਸ ਰੱਖੋ, ਤਾਂ ਉਹ ਨਾਲ ਠੀਕ ਹੋ ਜਾਂਦਾ ਕੰਮ ਜੀ। ਸੈਕੰਡ ਕਾਲ ਜੀ 9164 ਤੇ। ਸਤਿ ਸ਼੍ਰੀ ਅਕਾਲ ਭਾਜੀ, ਮੈਂ ਮੈਂ ਕਾਫੀ ਇਸ ਪ੍ਰੋਬਲਮ ਦੇ ਨਾਲ ਜੂਝ ਰਿਹਾ, ਜਿਹੜਾ ਵਧੀਆ ਤਰੀਕਾ ਹੁਣ ਇੱਥੇ ਮਸ਼ੀਨ ਮਿਲ ਜਾਂਦੀ ਜਿਹਦਾ ਨਾਂ ਹੈ ਸੀ ਸਰ ਜੀ, ਸੀ ਦਾ ਮਤਲਬ ਕੰਟੀਨਿਊਸ ਪੋਜ਼ਿਟਿਵ ਏਅਰ ਪ੍ਰੈਸ਼ਰ, ਜੋ ਵੀ ਆਕਸੀਜਨ ਹੁੰਦੀ ਹੈ ਇਹ ਵੈਸੇ ਜਿਹੜੀ ਹਵਾ ਜਿਹੜੀ ਹੈ ਤੁਹਾਡੇ ਪ੍ਰੈਸ਼ਰ ਦੇ ਨਾਲ ਅੰਦਰ ਭੇਜਦੀ ਹੈ,
ਉਹ ਜਿਹੜੀ ਮਤਲਬ ਡਾਕਟਰ ਕੰਪਿਊਟਰ ਨਾਲ ਐਡਜਸਟ ਕਰਦੀ ਆ ਕਿ ਤੁਹਾਨੂੰ ਕਿੰਨੇ ਪ੍ਰੈਸ਼ਰ ਦੀ ਲੋੜ ਹੈ ਤੇ ਤੁਹਾਡਾ ਸਾਹ ਕਿੰਨੀ ਵਾਰੀ ਰੁਕਦਾ। ਮੇਰਾ ਵੈਸੇ ਜੇ ਮੈਂ ਉੱਦਾਂ ਸੌਣਾ ਤੇ ਮੇਰਾ ਘੰਟੇ ਵਿੱਚ 55 ਵਾਰੀ ਦੀ ਸਾਹ ਰੁਕਦਾ, ਲੇਕਿਨ ਉਸ ਮਸ਼ੀਨ ਸੀ ਆਪਣੇ ਨਾਲ 2 ਜਾਂ 3 ਵਾਰੀ। ਹਾਂਜੀ, ਇਹ ਗੱਲ ਹੁੰਦੀ ਹੈ ਪਰ ਬਾਈ ਅੱਜ ਕੱਲ ਨਾ ਮਸ਼ੀਨ ਆਟੋਮੈਟਿਕ ਵੀ ਆਉਣ ਲੱਗ ਪਈ, ਪ੍ਰੈਸ਼ਰ ਆਪਦੇ ਆਪ ਐਡਜਸਟ ਕਰਦੀਆਂ ਜੀ। ਹਾਂਜੀ, ਉਹ ਸਭ ਕੁਝ ਆਟੋਮੈਟਿਕਲੀ ਵੀਰ ਜੀ। ਹਾਂਜੀ ਹਾਂਜੀ, ਤੇ ਉਹ ਬਾਈ ਤੈਨੂੰ ਵਧਾਈ ਹੋਵੇ, ਤੇਰੀ ਜ਼ਿੰਦਗੀ ਬਦਲ ਗਈ। ਮਿਹਰਬਾਨੀ ਜੀ। ਤੇ ਡਾਕਟਰ ਸਾਹਿਬ, ਜਿਵੇਂ ਇਹਨਾਂ ਨੇ ਕਿਹਾ ਕਿ ਮਸ਼ੀਨ ਜਿਹੜੀ ਹੈਗੀ ਆ ਉਹ ਇੱਕ ਤਰ੍ਹਾਂ ਨਾਲ ਸਾਡੀ ਆਦਤ, ਕੋਈ ਮੈਡੀਸਨ ਵੀ ਹੈ ਇਹਦੇ ਵੀ, ਜਿਵੇਂ ਤੁਸੀਂ ਆਖਿਆ ਕਿ ਜਿਹੜੀ ਇਸ ਚੀਜ਼ ਨੂੰ ਬਚਾ ਰੱਖਿਆ ਜਾਵੇ, ਜਾਂ ਸਿਹਤ ਤਾਂ ਤੁਸੀਂ ਕਹਿ ਦਿੱਤਾ ਕਿ ਭਾਰ ਘਟਾਇਆ ਜਾਵੇ। ਹਾਂਜੀ ਹਾਂਜੀ, ਤੇ ਕੋਈ ਮੈਡੀਸਨ ਵਗੈਰਾ ਵੀ ਪ੍ਰੀਕੋਸ਼ਨਰੀ ਇਹਦਾ? ਨਹੀਂ, ਮੈਡੀਸਨ ਹੈ ਬਾਈ ਜੀ ਕੋਈ ਨਹੀਂ ਗੀ, ਸਿਰਫ ਫਿਟਨੈਸ ਹੈਗੀ ਤੁਹਾਡੀ, ਠੀਕ ਹੈ, ਜਾਂ ਫਿਟਨੈਸ ਭਾਰ ਬਹੁਤ ਘਟਾ ਲਓ ਆਪਦਾ, ਠੀਕ ਹੈ ਜੀ। ਦੂਸਰਾ ਹੈਗਾ ਨੱਕ ਸਾਫ਼ ਰੱਖੋ ਸਾਈਨਸ ਸੈਂਸ ਨਾਲ, ਠੀਕ ਹੈ। ਤੀਸਰਾ ਉਹ ਲਈ ਪਾਸਾ ਲੈ ਲਓ ਤੇ ਆਪਦਾ ਸਿਰਹਾਣਾ ਕਦੇ ਵੀ ਸਿਰ ਥੱਲੇ ਰੱਖੋ, ਮੋਢਿਆਂ ਥੱਲੇ ਸਿਰਹਾਣਾ ਰੱਖ ਲਓ ਆਪਦਾ। ਅੱਛਾ, ਮੋਢਿਆਂ ਥੱਲੇ ਰੱਖੋ। ਹਾਂਜੀ, ਮੋਢਿਆਂ ਨਾਲ ਥੋੜਾ ਸਿਰਹਾਣਾ, ਸਿਰ ਥੋੜਾ ਪਿੱਛੇ ਰਹੂਗਾ, ਠੀਕ ਨਾ, ਜਿਵੇਂ ਸਰਵਾਈਕਲ ਵਾਲਾ ਸਿਰਹਾਣਾ ਜਾਂ ਹੁੰਦਾ ਵੀ ਉਹ ਗਿੱਚੀ ਦੇ ਥੱਲੇ ਆ ਗਿਆ, ਧੌਣ ਪਿੱਛੇ ਨੂੰ ਲਮਕ ਗਈ ਗਿੱਚੀ ਥੋੜੀ ਜੀ। ਹਾਂ, ਉਹਦੇ ਨਾਲ ਬਹੁਤ ਫਰਕ ਪੈਂਦਾ ਹੈਗਾ, ਮਤਲਬ ਕਿ ਪਰ ਸਲੀਪ ਮਸ਼ੀਨ ਤੋਂ ਬਿਨਾਂ, ਮਤਲਬ ਕਿ ਇੱਥੋਂ ਵੱਡਾ ਬਹੁਤ ਵੱਡੀ ਬਿਮਾਰੀ ਆ ਤਾਂ ਸਲੀਪ ਮਸ਼ੀਨ ਤੋਂ ਬਿਨਾਂ ਠੀਕ ਨਹੀਂ ਹੋਣੀਗੀ। ਛੋਟਾ ਮੋਟਾ ਕੰਮ ਹੈਗਾ ਉਹ ਠੀਕ ਹੋ ਸਕਦਾ ਜੀ। ਸੈਕਿੰਡ ਹੋਰ ਕਾਲ ਲਵਾਂਗੇ ਜੀ। 9164 ਤੇ ਆਉਣ ਰਹੇ, ਕੌਣ ਸਾਹਿਬ ਬੋਲੋ, ਕਿੱਥੋਂ ਬੋਲ ਰਹੇ ਜੀ? ਹਾਂਜੀ, ਧੰਨਵਾਦ ਸਰ, ਮੈਂ ਕੁਲਦੀਪ ਸਿੰਘ ਬੋਲਦਾ ਜੀ, ਮੈਲਕਾ ਤੋਂ ਜੀ। ਤੇ ਡਾਕਟਰ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਹਾਂਜੀ, ਨੱਕ ਬਾਰੇ ਦੁਬਾਰਾ ਫਿਰ ਦੱਸਿਆ ਜੀ, ਮੈਂ ਅੱਧਾ ਸੁਣਿਆ, ਚੰਗੀ ਤਰ੍ਹਾਂ ਸਮਝਾਈ ਵੀ ਕਿਵੇਂ ਧੋਣਾ, ਕਿਵੇਂ ਸਾਫ਼ ਕਰਨਾ। ਬਾਈ ਮੋਹੀ ਦੱਸ ਰਿਹਾ ਸੀ ਨਾ, ਗੂਗਲ ਚ ਪਾ ਪਤਾ ਵੀਡੀਓ ਹੈਗੀ ਹੈ ਜੀ, ਅਜੇ ਆਪਾਂ ਲਿਖਦੇ ਨਾ ਗੂਗਲ ਤੇ ਸਾਈਨਸ ਰਿੰਸ ਤੇ ਆਪਾਂ ਵੀਡੀਓ ਨੱਪੀਏ, ਵੀਡੀਓ ਨੱਪੀਏ, ਠੀਕ ਹੈ, ਉਹਦੇ ਚ ਆਈਆਂ ਹੈਗੀ, ਕਾਫੀ ਸਾਰੀ ਵੀਡੀਓ ਹੈਗੀਆਂ ਜੀ, ਤੇ ਉਹ ਦੋ ਤਿੰਨ ਬੋਟਲ ਹੁੰਦੀ ਹੈ ਜੀ, ਪਾਈਪ ਥਲੋ ਤੱਕ ਜਾਂਦੀ ਹੈਗੀ, ਬਹੁਤ ਪੋਲੀ ਬੋਟਲ ਹੁੰਦੀ ਹੈ। ਅੱਛਾ ਜੀ, ਠੀਕ ਹੈ। ਮੋਟਾ ਕੰਮ ਹੈ ਕਿ ਆਪਾਂ ਇੱਕ ਨੱਕ ਤੇ ਟੇਢੀ ਜੀ ਬੋਤਲ ਰੱਖ ਕੇ ਨਾ ਜੀ, ਠੀਕ ਹੈ, ਬਾਹਰ ਨੂੰ ਸਾਹ ਇੱਕ ਨਾਸ ਚ, ਹਾਂ ਇੱਕ ਨਾਸ ਚ ਰੱਖ ਕੇ, ਠੀਕ ਹੈ, ਸਾਹ ਜਦੋਂ ਆਪਾਂ ਬਾਹਰ ਨੂੰ ਛੱਡਾਂਗੇ ਨਾ ਕਰਕੇ ਨਾਲ ਦੀ ਨਾਲ ਬੋਤਲ ਨੱਪਤੀ ਜੀ, ਠੀਕ ਹੈ, ਵੀ ਸਾਹ ਜਦੋਂ ਬਾਹਰ ਛੱਡੀ ਜਾਂਦੇ ਆਪਾਂ ਮੂੰਹ ਥਹੀਂ, ਦੂਸਰੀ ਸਾਹ ਛੱਡਣਾ, ਦੂਸਰੀ ਬਾਹਰ ਸਾਹ ਛੱਡੀ ਜਾਂਦੇ ਨਾਲ ਦੀ ਨਾਲ ਬੋਤਲ ਨੱਪਤੀ ਜੀ, ਇਹਦੇ ਨਾਲ ਫਿਰ ਆਪਣਾ ਪਾਣੀ ਮੂੰਹ ਜਾਂਦਾ ਨੀਗਾ, ਦੂਜੀ ਨੱਕ ਚ ਨਿਕਲ, ਦੂਜੀ ਨੱਕ ਤਾਂ ਨਹੀਂ ਆ, ਦੂਜੀ ਨਾਸ ਤੇ ਨਿਕਲਿਆ ਹੋਇਆ ਜੀ, ਠੀਕ ਹੈ। ਉਹ ਮਸ਼ੀਨ ਉਹ ਵੀਡੀਓ ਚ ਇਹ ਗੱਲ ਨਹੀਂ ਦੱਸੀ, ਉਹ ਵੀਡੀਓ ਚ ਕਹਿੰਦੇ ਵੀ ਮੂੰਹ ਖੁੱਲਾ ਰੱਖਿਓ, ਮੂੰਹ ਖੁੱਲਾ ਰੱਖਿਓ, ਆਪਾਂ ਮੂੰਹ ਖੁੱਲਾ ਨਹੀਂ ਰੱਖ ਸਕਦੇ ਜਿੰਨਾ ਚਿਰ ਸਾਹ ਨਾ ਬਾਹਰ ਲਈ, ਸਾਹ ਨਾ ਬਾਹਰ ਲਈ, ਇਹ ਚੰਗਾ ਵੀ ਬਾਹਰ ਸਾਹ ਲਈ ਲੈ ਲਓ ਮੂੰਹ ਥਰੂ, ਨਾਲ ਦੀ ਨਾਲ ਬੋਤਲ ਨੱਪ ਲਓ ਜੀ। ਇੱਕ ਨਾ ਡਾਕਟਰ ਸਾਹਿਬ, ਪਿੱਛੇ ਜੇ ਇਸੇ ਤਰ੍ਹਾਂ ਦੀ ਵੀਡੀਓ ਦੇਖ ਰਹੇ ਕਿ ਨਿੱਕੇ ਜੇ ਬੱਚੇ ਨੂੰ ਉਹਦੀ ਮਾਂ ਜਿਹੜੀ ਉਹਦਾ ਨੱਕ ਧੋ ਰਹੀ ਸੀ, ਤੇ ਇੰਨਾ ਜਿਹੜੀ ਹੈ ਆਪਾਂ ਕਹਿ ਸਕਦੇ ਕਿ ਰੇਸ਼ਾ ਡਿੱਗਿਆ, ਬੱਚੇ ਦਾ ਵੀ ਉਹ ਬੜਾ ਛੋਟਾ ਬੱਚਾ ਸੀਗਾ ਗੋਦੀ ਵਾਲਾ, ਤੇ ਫਿਰ ਜੇ ਉਹਦਾ ਚਲੋ ਪ੍ਰੈਕਟੀਕਲ ਹੋ ਸਕਦਾ ਕਿ ਆਮ ਬੰਦਾ ਤਾਂ ਨਹੀਂ ਕਰ ਸਕਦਾ ਛੋਟੇ ਬੱਚੇ ਨਾਲੇ, ਛੋਟੇ ਬੱਚੇ ਨਾਲ ਤਾਂ ਆਪਾਂ ਨੂੰ ਪਤਾ ਨਹੀਂ, ਔਖਾ ਕੰਮ ਹੈ, ਬੱਚਿਆਂ ਦਾ ਐਸੀ ਟ੍ਰਿਕੀ ਜਿਹਾ ਕੰਮ ਹੁੰਦਾ ਹੈਗਾ, ਠੀਕ ਹੈ, ਜੇ ਆਪਾਂ ਬਹੁਤ ਧਿਆਨ ਰੱਖਣਾ ਪੈਂਦਾ, ਪਰ ਵੱਡੇ ਬੰਦੇ ਲਈ ਇਹ ਬਿਲਕੁਲ ਵੀ ਔਖਾ ਨਹੀਂ। ਮਿਹਰਬਾਨੀ ਜੀ, ਮਿਹਰਬਾਨੀ। ਤੁਹਾਡੇ ਕੋਈ ਹੋਰ ਵੀ ਸਵਾਲਾਂ ਨੇ, ਖਾਸ ਕਰਕੇ ਟਰੱਕਰ ਵੀਰ ਜਿਹੜੇ ਨੇ, ਕਿਉਂਕਿ ਡਾਕਟਰ ਸਰਬਜੀਤ ਸਿੱਧੂ ਜਿਹੜੇ ਪਰਥ ਦੇ ਵਿੱਚ ਪ੍ਰੈਕਟਿਸ ਕਰਦੇ ਨੇ, ਸੋ ਤੁਹਾਡੇ ਕੋਈ ਟਰੱਕਰ ਵੀਰਾਂ ਦੇ ਸਵਾਲਾਂ ਹੋਣ ਨੀਂਦ ਬਾਰੇ ਜਾਂ ਕੋਈ ਹੋਰ ਜਿਹੜੀਆਂ ਤੁਹਾਡੀਆਂ ਪ੍ਰੋਬਲਮਸ ਹੈਗੀਆਂ ਤੁਸੀਂ ਕਰ ਸਕਦੇ ਹੋ। ਟਵਾਣਾ ਸਾਹਿਬ ਨੇ ਇੱਕ ਗੱਲ ਕਹੀ ਸੀ ਕਿ ਖਾਸ ਕਰਕੇ ਟਰੱਕਰਸ ਨੂੰ ਨੀਂਦ ਦੀ ਬਹੁਤ ਵੱਡੀ ਪ੍ਰੋਬਲਮ ਹੈਗੀ ਆ, ਕਿਉਂਕਿ ਨੀਂਦ ਨਹੀਂ ਉਹਨਾਂ ਦੀ ਪੂਰੀ ਹੁੰਦੀ, ਰੂਟੀਨ ਨਹੀਂ ਪੂਰੀ ਹੁੰਦੀ ਨਾ ਉਹਨੇ ਸਹੀ। ਉਹ ਕਿਵੇਂ ਜਿਹੜਾ ਇਸ ਚੀਜ਼ ਨੂੰ ਓਵਰਕਮ ਕਰ ਸਕਦੇ ਨੇ ਇਸ ਚੀਜ਼ ਨੂੰ, ਕਿਉਂਕਿ ਇਹਦੀ ਇਹ ਤਾਂ ਆਪਣਾ ਇੱਕ ਸਲੀਪ ਦਾ ਵੀ, ਸੌਣ ਦਾ ਵੀ ਆਪਣਾ ਇੱਕ ਪਲਾਨ ਹੁੰਦਾ ਜੀ, ਠੀਕ ਨਾ। ਕਈ ਲੋਕਾਂ ਨੂੰ ਹੁੰਦਾ ਵੀ
ਕਿਤਾਬ ਪੜ੍ਹ ਕੇ ਸੌਣ ਦੀ ਆਦਤ ਹੁੰਦੀ ਹੈ, ਆਪਾਂ ਨੂੰ ਦੁੱਧ ਪੀ ਕੇ ਸੌਣ ਦੀ ਆਦਤ ਹੁੰਦੀ ਹੈ, ਵੀ ਉਵੇਂ ਇੱਕ ਰੂਟੀਨ ਬਣਾ ਲਓ ਵੀ ਆਪਾਂ ਸੌਣ ਤੋਂ ਪਹਿਲਾਂ ਵੀ 2 ਘੰਟੇ ਪਹਿਲਾਂ ਆਹ ਕਰਨਾ, 1 ਘੰਟਾ ਪਹਿਲਾਂ ਆਹ ਕਰਨਾ, ਠੀਕ ਹੈ, ਫਿਰ ਉਹ ਆਪਾਂ ਰੂਟੀਨ ਜਿਹਾ ਬਣ ਜਾਂਦਾ। ਵੈਸੇ ਬੋਡੀ ਨੂੰ ਐਡਜਸਟ ਕਰਨਾ ਬਹੁਤ ਔਖਾ ਹੁੰਦਾ, ਕਿਉਂਕਿ ਬੋਡੀ ਦੀ ਸਲੀਪ ਆਪਣਾ ਸਾਈਕਲ ਹੁੰਦਾ, ਇੱਕ ਮੈਲਾਟੋਨਿਨ ਕੈਮੀਕਲ ਆਪਣੀ ਬੋਡੀ 'ਚ ਜੀ, ਉਹ ਹਨੇਰਾ ਹੁੰਦਾ ਆਪਣੀ ਬੋਡੀ 'ਚ ਆ ਜਾਂਦਾ, ਜਦੋਂ ਆਪਣੀ ਬੋਡੀ 'ਤੇ ਲਾਈਟ ਪੈਂਦੀ ਹੈ ਉਹ ਵੈਪੋਰੇਟ ਹੋ ਜਾਂਦਾ, ਫਿਰ ਉਹ ਕੈਮੀਕਲ ਆਪਣੀ ਬੋਡੀ ਦੇ ਸਲੀਪ ਸਾਈਕਲ ਨੂੰ ਕੰਟਰੋਲ ਕਰਦਾ, ਕੰਟਰੋਲ ਕਰਦਾ, ਠੀਕ ਨੇ। ਪਰ ਜੇ ਆਪਾਂ ਟਰਾਈ ਤਾਂ ਇਹ ਕਰੋ ਵੀ ਰਾਤ ਨੂੰ ਸੋਈਏ, ਠੀਕ ਨਹੀਂ, ਜੇ ਦਿਨੇ ਸੋਣਾ ਤਾਂ ਪੂਰਾ ਹਨੇਰਾ ਕਰ ਲਓ। ਹਾਂ, ਹਨੇਰਾ ਕਰ ਲਓ ਜੀ, ਹਾਂਜੀ ਹਾਂਜੀ, ਤੇ ਰੂਟੀਨ ਬਣਾ ਲਓ, ਇੱਕ ਮਤਲਬ ਦੁੱਧ ਪੀ ਲਓ ਜਾਂ ਇੱਕ ਚੀਜ਼ ਕਰ ਲਓ, ਜਿਹੜਾ ਸੌਣ ਤੋਂ ਪਹਿਲਾਂ ਕਰਨੀ ਕਰਨੀ ਆਪਾਂ, ਕਰਨੀ ਕਰਨੀ ਹੈ। ਡਾਕਟਰ ਸਾਹਿਬ, ਕਈ ਵਾਰੀ ਸਾਨੂੰ ਬੜੀਆਂ ਜਿਹੜੀਆਂ ਨੇ ਆਦਤਾਂ ਹੁੰਦੀਆਂ ਨੇ, ਸੱਜੇ ਸੌਣਾ, ਖੱਬੇ ਸੌਣਾ ਜਾਂ ਸਿੱਧਾ ਸੌਣਾ, ਜੋ ਅਸੀਂ ਸੌਣਾ ਨਹੀਂ ਚਾਹੀਦਾ ਸਾਨੂੰ, ਸੋ ਸੌਣ ਵੇਲੇ ਕਿਹੜੀਆਂ ਕਿਹੜੀਆਂ ਪ੍ਰੀਕੋਸ਼ਨਸ ਜਿਹੜੀਆਂ, ਖਾਸ ਕਰਕੇ ਸਿਰਹਾਣਾ ਲੈਣਾ, ਜਾਂ ਸੱਜੇ ਸੌਂਦੇ ਹਾਂ ਤਾਂ ਬਾਂਹ ਕਈ ਥੱਲੇ ਲੈ ਲੈਂਦੇ ਆ, ਹੋਰ ਕੁਛ ਆ, ਜਾਂ ਸਿਰਹਾਣਾ ਉੱਚਾ ਰੱਖ ਲੈਂਦੇ ਆ, ਕਿਸ ਤਰ੍ਹਾਂ ਦਾ ਪੋਸਚਰ ਜਿਹੜਾ ਲੈਣਾ ਚਾਹੀਦਾ ਸਾਨੂੰ? ਬਾਈ, ਮੇਰੇ ਪਰਸਨਲੀ, ਮੈਂ ਪਹਿਲਾਂ ਕਾਲ ਲੈ ਲਈਏ ਜੀ, ਕਾਲ ਹੀ ਲੈ ਲੈਂਦੇ ਇੱਕ, ਫਿਰ ਆਪਾਂ ਗੱਲ ਅੱਗੇ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ 92164 ਤੇ ਆਓ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਜੀ, ਕਿੱਥੋਂ, ਕੌਣ ਸਾ ਬੋਲ ਰਿਹਾ? ਮੈਂ ਗਗਨ ਬੋਲ ਰਿਹਾ ਜੀ, ਰਾਪਰ ਤੋਂ ਮਾਨ ਸਿੰਘ ਜੀ। ਜੀ ਗਗਨ ਜੀ, ਮੈਂ ਪੁੱਛਣਾ ਜੀ, ਮੈਨੂੰ ਅਲਰਜੀ ਬਹੁਤ ਹੈ ਜੀ, ਮਤਲਬ ਕਿ ਮੈਂ ਟੈਸਟ ਨਹੀਂ ਕਰਾਈ, ਵੀ ਮੈਂ ਹੁਣ ਕਣਕ ਕੱਢਦਾ ਜਦੋਂ ਦਾਣੇ ਅੱਜ ਢੋਲ ਭਰਦੇ ਸੀ, ਮੈਨੂੰ ਸਾਹ ਨਹੀਂ ਆਇਆ, ਮਤਲਬ ਵੀ ਕਣਕ ਪਾਉਂਦਾ ਢੋਲ 'ਚ ਜੀ, ਤੂੜੀ 'ਚ ਮੈਂ ਤੋਂ ਬੜੀ ਦਾਰੀ, ਵੀ ਮੇਰਾ ਮਤਲਬ ਕਿ ਰੇਸ਼ਾ ਨੱਕ ਪਾਈਦਾ ਤੇ ਮੈਨੂੰ ਸਾਹ ਘੁੱਟ ਘੁੱਟ ਕੇ ਆਉਂਦਾ, ਵੀ ਜਿਵੇਂ ਕੋਈ ਵੀ ਮਤਲਬ ਕਿ ਦਵਾ ਹੋਇਆ ਹੁੰਦਾ। ਉਸ ਤੋਂ ਬਾਅਦ ਸੈੱਟ ਹੋ ਜਾਊਗਾ ਜਦੋਂ ਕਣਕ ਦਾ ਸੀਜ਼ਨ ਲੱਗ ਜੂ, ਕੀ ਗੱਲ ਕਿਤੇ ਕੋਈ ਹੱਲ ਕੋਈ ਆਇਆ ਸਲੂਸ਼ਨ ਇਹਦਾ ਵੀ? ਜੀ ਡਾਕਟਰ ਬਾਈ, ਮੇਰੀ ਤਾਂ ਇਹੀ ਤੁਹਾਨੂੰ ਸਲਾਹ ਹੈਗੀ ਹੈ ਕਿ ਜਦੋਂ ਤੁਸੀਂ ਆਪਣਾ ਕਣਕ ਦਾ ਕੰਮ ਕਰੋ ਜਾਂ ਢੋਲ 'ਚੋਂ ਕਣਕ ਕੱਢੋ ਜਾਂ ਕਣਕ ਤੂੜੀ ਵਾਲੇ ਕਮਰੇ 'ਚ ਜਾਓ, ਠੀਕ ਹੈ, ਤਾਂ ਮੂੰਹ ਢੱਕ ਲਿਓ ਆਪਦਾ, ਠੀਕ ਹੈ, ਜਾਂ ਆਪਣੇ ਈਬੇ 'ਤੇ ਬਹੁਤ ਸੋਹਣੇ ਮਤਲਬ ਕਿ ਮਾਸਕ ਮਿਲਦੇ ਹੈਗੇ ਆਪਣੇ, ਉਹਦਾ ਫਾਇਦਾ ਹੈਗਾ ਇਹ 'ਚ, ਮਤਲਬ ਕਿ ਥੋੜ੍ਹੀ ਐਲਰਜੀ ਨਹੀਂ ਕਹਿ ਸਕਦੇ, ਇਹ ਆਪਣੀ ਜਿਹੜੀ ਤੂੜੀ ਜਾਂ ਉਹਦੇ ਕਣ ਹੁੰਦੇ ਆ ਨਾ ਜੀ, ਉਹ ਤੁਹਾਡੇ ਅੰਦਰ ਜਾ ਕੇ ਫੇਫੜਿਆਂ 'ਚ ਹਿਲਜੁਲ ਕਰਦੇ ਹੈਗੇ, ਅੰਦਰ ਤੋਂ ਸੋਜ ਆ ਜਾਂਦੀ ਥੋੜ੍ਹੇ ਚਿਰ ਵਾਸਤੇ ਹੀ, ਐਲਰਜੀ ਵੀ ਹੋ ਸਕਦੀ ਹੈ, ਪਰ ਤੁਹਾਨੂੰ ਇਸ ਮਤਲਬ ਕਿ ਜਿਹੜਾ ਪਾਰਟੀਕੁਲੇਟ ਮੈਟਰ ਹੁੰਦਾ ਨਾ ਉਹਦੇ ਕਰਕੇ ਤੁਹਾਨੂੰ ਜ਼ਿਆਦਾ ਤਕਲੀਫ ਹੈਗੀ ਹੈ ਜੀ, ਠੀਕ ਹੈ, ਐਲਰਜੀ ਹੁੰਦੀ ਤੁਹਾਡੀ, ਫਿਰ ਕਮਰੇ 'ਚ ਨਿਕਲਣ ਸਾ ਠੀਕ ਨਹੀਂ ਹੋਣਾ ਸੀ ਤੁਸੀਂ, ਅੱਛਾ, ਫਿਰ ਐਲਰਜੀ 3-4-5-7 ਘੰਟੇ ਚੱਲਦੀ ਹੈ, ਠੀਕ ਹੈ, ਤੁਹਾਨੂੰ ਤਕਲੀਫ ਉਨਾ ਚਿਰ ਜਿੰਨਾ ਤੁਸੀਂ ਸੀਜ਼ਨ ਤੋਂ ਬਾਹਰ ਮੈਂ ਠੀਕ ਹੋ ਜਾਂਦਾ, ਸੀਜ਼ਨ ਤੋਂ ਬਾਅਦ ਠੀਕ ਹੋ ਜਾਂਦਾ, ਫਿਰ ਐਲਰਜੀ ਹੈਗੀ ਹੈ ਥੋੜ੍ਹੀ ਮੋਟੀ, ਠੀਕ ਹੈ, ਇਹਦੇ ਲਈ ਚੈੱਕ ਕਰਾਓ, ਜਿੰਨਾ ਆਪਾਂ ਆਪਣੇ ਆਪ ਨੂੰ ਐਕਸਪੋਜ਼ ਘੱਟ ਕਰਾਂਗੇ ਉਨਾ ਫਾਇਦਾ ਹੈਗਾ ਆਪਾਂ ਨੂੰ। ਇਹਦਾ ਕੀ ਟੈਸਟ ਵਗੈਰਾ ਕਿੱਥੇ ਹੁੰਦੇ ਨੇ, ਜਿਹੜੇ ਵੀ ਇੱਥੇ ਤਾਂ ਤੁਹਾਨੂੰ ਨਹੀਂ ਪਤਾ ਹੋਣਾ ਵੀ ਇੱਥੇ ਕੀ ਹੁੰਦੇ ਨੇ? ਨਹੀਂ, ਐਲਰਜੀ ਵਾਲਾ ਟੈਸਟ ਤਾਂ ਆਪਣੇ ਇਸੇ ਵਾਸਤੇ ਹੁੰਦੇ ਨੇ ਵੀ ਆਪਾਂ ਨੂੰ ਐਲਰਜੀ ਪਤਾ ਨਾ ਹੋਵੇ ਕਾਹਦੀ ਹੈ, ਹਾਂ ਹਾਂ, ਠੀਕ ਹੈ, ਹੁਣ ਤੁਹਾਨੂੰ ਤਾਂ ਸ਼ਰਮ ਪਤਾ ਵੀ ਕਾਹਦੀ ਐਲਰਜੀ ਹੈਗੀ ਹੈ, ਹਾਂ ਹਾਂ, ਠੀਕ ਨੇ, ਇਸ ਕਰਕੇ ਤੁਹਾਨੂੰ ਟੈਸਟ ਦੀ ਲੋੜ ਨਹੀਂ ਗੀ, ਆਪਾਂ ਨੂੰ ਮੇਰੇ ਹਿਸਾਬ ਨਾਲ ਤੁਸੀਂ ਵਿਚਾਰ ਰੱਖੋ ਆਪਣਾ ਜੀ, ਠੀਕ ਹੈ ਨਾ, ਅਤੇ ਇੰਨਾ ਜ਼ਰੂਰ ਹੈਗਾ ਵੀ ਜਿਸ ਸੀਜ਼ਨ ਦੇ ਵਿੱਚ ਜਿਸ ਟਾਈਮ ਤੁਹਾਨੂੰ ਤਕਲੀਫ ਹੈ ਉਸ ਟਾਈਮ ਆਪਣੇ ਡਾਕਟਰ ਨੂੰ ਜਾ ਕੇ ਦੇਖੋ। ਕੋਈ ਪ੍ਰੀਕੋਸ਼ਨਰੀ ਮੈਡੀਸਨ ਕੋਈ ਐਲਰਜੀ ਤੋਂ ਬਚਣ ਦੇ ਲਈ? ਉਹ ਮੇਰੇ ਹਿਸਾਬ ਨਾਲ ਤਾਂ ਮੇਰੇ, ਤੁਸੀਂ ਡਾਕਟਰ ਕੋਲ ਜਾਓ, ਡਾਕਟਰ ਤੁਹਾਡੀ ਚੈਸਟ ਨੂੰ ਸੁਣੂਗਾ, ਠੀਕ ਹੈ, ਕਈ ਲੋਕਾਂ ਨੂੰ ਐਲਰਜੀ ਕਰਕੇ ਦਮਾ ਹੁੰਦਾ ਜੀ ਜੀ, ਠੀਕ ਹੈ ਨਾ, ਫਿਰ ਤੁਹਾਨੂੰ ਉਹ ਇਨਹੇਲਰ ਦੇ ਦੂਗਾ ਜੀ, ਠੀਕ ਹੈ ਨਾ, ਜਾਂ ਪੰਪ ਜਾ ਹੁੰਦਾ, ਪੰਪ ਜਾ ਹੁੰਦਾ ਉਹ ਦੇ ਦੂਗਾ, ਠੀਕ ਹੈ ਨਾ। ਇਹ ਕਈ ਲੋਕ ਜਿਹੜਾ ਆਪਣੀ ਐਸਥਮਾ ਹੈਗਾ, ਇਹ ਵੀ ਇੱਕ ਐਲਰਜੀ ਇੱਕ ਆਪਣੀ ਬੋਡੀ ਦੀ, ਠੀਕ ਹੈ, ਕਈ ਆਪਾਂ ਐਕਸਰਸਾਈਜ਼ ਨਾਲ ਇਹ ਐਲਰਜੀ ਹੁੰਦੀ ਹੈ ਕਿ ਆਪਣਾ ਸਾਹ ਚੜ ਗਿਆ ਜਾਂ ਫਿਰ ਤੂੜੀ ਕਰਕੇ ਸਾਹ ਚੜ ਗਿਆ, ਇਹ ਵੀ ਇੱਕ ਤਰ੍ਹਾਂ ਐਸਥਮਾ ਹੈਗਾ ਜੀ, ਉਸ ਟਾਈਮ ਡਾਕਟਰ ਕੋਲ ਜਾਓ ਜੀ। ਇਟਲੀ ਤੋਂ ਜਗਦੀਪ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ, ਹਾਂਜੀ ਡਾਕਟਰ ਸਾਹਿਬ, ਮੇਰਾ ਇੱਕ ਸਵਾਲ ਹੈ, ਜਿਵੇਂ ਕਿ ਅੱਜ ਕੱਲ੍ਹ ਅਜੋਕੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਬੱਚੇ ਹੋਏ ਆ, ਮੇਰਾ ਜੋ ਏਦਾਂ ਨੀ ਏਦਾਂ ਦਾ ਕਿ ਮੈਨੂੰ ਕਈ ਵਾਰੀ ਆਪਣੇ ਕੰਮ ਜ਼ਿਆਦਾ ਪੂਰੇ ਕਰਨ ਵਾਸਤੇ ਨੂਨ ਵਿੱਚ ਸਮਾਂ ਚੋਰੀ ਕਰਕੇ ਕੰਮ ਕਰਨਾ ਪੈਂਦਾ, ਹੁਣ ਕਿਰਪਾ ਕਰਕੇ ਇੰਨਾ ਵੀ ਦੱਸ ਦਿਓ ਘੱਟ ਤੋਂ ਘੱਟ ਕਿੰਨੀ ਨੀਂਦ ਲੈਣੀ ਚਾਹੀਦੀ ਹੈ, ਸਾਡੇ ਅੱਗੇ ਤੋਂ ਬਾਅਦ ਅੱਗੇ ਨੂੰ ਨੀਂਦ ਹੋ ਜਾਈਏ। ਬਾਈ, ਇਹ ਤਾਂ ਨੀਂਦ ਵੀ ਆਪਣੀ ਉਮਰ ਦੇ ਹਿਸਾਬ ਨਾਲ ਹੁੰਦੀ ਹੈ, ਠੀਕ ਹੈ, ਆਪਾਂ ਛੋਟੇ ਬੱਚੇ ਹੁੰਦੇ ਆਪਾਂ ਨੂੰ
10 ਘੰਟੇ ਨੀਂਦ ਦੀ ਲੋੜ ਪੈਂਦੀ ਹੈ, ਠੀਕ ਹੈ। ਜੇ ਆਪਣੀ ਉਮਰ ਵੱਧਦੀ ਜਾਂਦੀ ਆਪਾਂ ਨੂੰ ਘੱਟ ਨੀਂਦ ਦੀ ਲੋੜ ਘੱਟ ਲੋੜ ਪੈਂਦੀ ਹੈ, ਠੀਕ ਹੈ। ਜੇ ਤੁਸੀਂ 4-5 ਘੰਟੇ ਮੇਰੇ ਹਿਸਾਬ ਨਾਲ ਪਰਸਨਲੀ ਮੇਰੇ ਹਿਸਾਬ ਨਾਲ ਤੁਸੀਂ 5 ਘੰਟੇ ਸੌਣਾ, ਤੁਹਾਨੂੰ ਨੀਂਦ ਬਹੁਤ ਹੈ ਜੀ, ਪਰ ਉਹ ਗਹਿਰੀ ਨੀਂਦ ਹੋਣੀ ਚਾਹੀਦੀ ਹੈ, ਕੰਫਰਟੇਬਲ ਤਰ੍ਹਾਂ, ਕੰਫਰਟੇਬਲ, ਕੋਈ ਡਿਸਟਰਬੈਂਸ ਨਾ ਹੋਵੇ ਨਾ ਉਦੋਂ, ਤਾਂ 5 ਘੰਟੇ ਨੀਂਦ ਬਹੁਤ ਹੁੰਦੀ ਹੈ। ਤੇ ਇਹ ਗੱਲ ਆਪਣੇ ਦਿਮਾਗ 'ਚ ਕਦੇ ਰੱਖੋ, ਮੈਂ ਨੀਂਦ ਸੁੱਤਾ ਘੱਟ ਹੈ, ਠੀਕ ਹੈ। ਇਹ ਨਹੀਂ ਹੋਣਾ ਸਾਈਕੋਲੋਜੀਕਲੀ, ਸਾਈਕੋਲੋਜੀਕਲੀ ਆਪਣੇ ਕੰਮ ਨਾ ਰੱਖੋ, ਠੀਕ ਹੈ। ਮੇਰੇ ਸੁੱਤਾ ਘੱਟ ਹੈਗਾ, ਜੇ ਤੁਹਾਨੂੰ 2 ਘੰਟੇ ਨੀਂਦ ਆਈ ਇੱਕ ਰਾਤ ਨੂੰ, ਦੂਸਰੀ ਰਾਤ ਚੰਗੀ 5 ਘੰਟੇ ਸੌਣੋ, ਤਾਂ ਉਹ ਵੀ ਠੀਕ ਹੈਗਾ। ਮੇਰੇ ਵਰਗੇ ਕੀ ਕਹਿ ਦਿੰਦੇ ਵੀ ਨੀਂਦ ਨੀ ਪੂਰੀ ਹੋਈ ਦਿਨੇ ਵੀ ਸੁੱਤੇ ਰਹਿੰਦੇ, ਅਗਲੇ ਦਿਨ ਵੱਧ ਫਿਰ ਨਾ ਦਿਨੇ ਸੁੱਤਾ ਜਾਂਦਾ ਨਾ ਆਪਣਾ ਕੰਮ ਹੁੰਦਾ ਉਸ ਟਾਈਮ, ਠੀਕ ਹੈ। ਸਾਈਕੋਲੋਜੀਕਲੀ ਉਹ ਕਾਟਾ ਮਾਰ ਦੋ ਜੀ। 92164 ਤੇ ਆਉਣੇ ਰਹੋ ਜੀ। ਹਾਂਜੀ ਬਾਈ, ਸਤਿ ਸ਼੍ਰੀ ਅਕਾਲ ਦਿੰਦਾ ਵੀਰਾਂ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੌਣ ਸਾਹਿਬ ਬੋਲ ਰਹੇ ਜੀ, ਕਿੱਥੋਂ ਬੋਲ ਰਹੇ? ਮੇਰਾ ਸਵਾਲ, ਹਾਂਜੀ ਮੈਂ ਰਾਜ ਸਿੰਘ ਬੋਲਦਾ ਜੀ, ਮਿਸ਼ੀਗਨ ਤੋਂ ਜੀ। ਮੇਰਾ ਸਵਾਲ ਡਾਕਟਰ ਸਾਹਿਬ ਨੂੰ ਹੈ ਵੀ ਜਿਹੜਾ ਨਜ਼ਲਾ ਗਿਰਦਾ ਅਲਰਜੀ ਨਾਲ, ਠੰਡਾ ਏਰੀਆ ਚ ਰਹਿੰਦੇ ਆ ਜੀ, ਉਹਦਾ ਇਲਾਜ ਕੀ ਹੋ ਸਕਦਾ ਦੇਸੀ? ਬਾਈ ਇੱਥੇ ਤਾਂ ਉਹੀ ਦੱਸਿਆ ਸੀ ਨਾ ਵੀ ਆਪਣਾ ਵੀ ਉਹ ਨੱਕ ਧੋਣ ਵਾਲਾ ਸਾਈਨਸ ਰਿੰਸ ਵਾਲਾ, ਠੀਕ ਨੇ। ਉਹਦਾ ਇਹ ਹੁੰਦਾ ਨਜ਼ਲੇ ਕਰ ਕਿਉਂ ਗਿਰਦਾ ਹੈਗਾ ਕਿ ਆਪਣਾ ਥੋੜਾ ਨੱਕ ਸੈਂਸਿਟਿਵ ਹੋ ਜਾਂਦਾ, ਠੀਕ ਹੈ ਨਾ। ਕਈ ਵਾਰ ਆਪਣੇ ਨੱਕ 'ਚ ਕੋਈ ਚੀਜ਼ ਮਤਲਬ ਕਿ ਚਲੀ ਜਾਂਦੀ ਹੈ, ਕੋਈ ਚੀਜ਼ ਐਲਰਜੀ ਹੁੰਦੀ ਹੈ ਆਪਾਂ ਨੂੰ, ਉਹਦਾ ਨੱਕ ਸੈਂਸਿਟਿਵ ਹੋ ਜਾਂਦਾ, ਅੰਦਰ ਸੋਜ ਹੋ ਜਾਂਦੀ ਨੱਕ ਦੇ ਅੰਦਰ, ਠੀਕ ਹੈ। ਜੋ ਸੋਜ ਹੁੰਦੀ ਹੈ ਫਿਰ ਹੋਰ ਸੈਂਸਿਟਿਵ ਹੋ ਜਾਂਦਾ, ਜੇ ਹੋਰ ਸੈਂਸਿਟਿਵ ਹੁੰਦਾ ਹੋਰ ਸੋਜ ਹੁੰਦੀ ਹੈ। ਇਹ ਸਹੀ ਕਹਿੰਦੇ, ਹੱਡੀ ਵੱਧ ਗਈ ਨੱਕ ਦੀ, ਆਮ ਤੌਰ ਤੇ ਇਹ ਸਾਈਕਲ ਚੱਲਦਾ ਰਹਿੰਦਾ, ਠੀਕ ਹੈ। ਇਸ ਕਰਕੇ ਮੈਂ ਕਹਿੰਦਾ ਸਾਈਨਸ ਰਿੰਸ ਨਾਲ ਆਪਣਾ ਨੱਕ ਸਾਫ਼ ਕਰ ਲਾਂਗੇ ਤਾਂ ਆਪਣਾ ਜਿਹੜੀ ਚੀਜ਼ ਕਰਕੇ ਨੱਕ ਸੈਂਸਿਟਿਵ, ਆਪਣੀ ਚੀਜ਼ ਨੂੰ ਸਾਫ਼ ਕਰੀ ਜਾਓਗੇ ਲਗਾਤਾਰ, ਤੇ ਹਫ਼ਤੇ 10 ਦਿਨਾਂ ਬਾਅਦ ਸੋਜ ਘੱਟ ਜੂਗੀ ਤਾਂ ਆਪਣਾ ਨੱਕ ਸੈਂਸਿਟੀ ਘੱਟ ਜਾਂਦੀ ਹੈ ਫਿਰ ਉਸ ਹਿਸਾਬ ਨਾਲ, ਠੀਕ ਨਾ। ਇਹ ਨੱਕ ਸਾਫ਼ ਰੱਖਣ ਨਾਲ ਆਪਣਾ ਠੀਕ ਹੋ ਸਕਦਾ। ਇਹ ਬੋਤਲ ਆਉਂਦੀ ਹੈ ਜੀ ਇੱਕ, ਤੁਹਾਨੂੰ ਉੱਥੇ ਈਬੇ ਜਾਂ ਸਟੋਰ ਚੋਂ ਵੀ ਮਿਲ ਜੂਗੀ, ਕਿਸੇ ਤੋਂ ਫਾਰਮੇਸੀ ਤੋਂ ਵੀ ਮਿਲ ਜੂਗੀ। ਸੋ ਇਹਦੇ ਵਿੱਚ ਇੱਕ ਥੋੜਾ ਜਿਹਾ ਪੂੜੀ ਆਉਂਦੀ ਹੈ, ਉਹ ਕੈਮੀਕਲ ਦੀ, ਉਹ ਪਾਓ ਤੇ ਉਹ ਨੱਕ ਜਿਹੜਾ ਜੀ, ਦੁਬਾਰਾ ਤੋਂ ਦੱਸ ਦਿਓ ਧੋਣ ਦਾ ਤਰੀਕਾ ਡਾਕਟਰ ਸਾਹਿਬ, ਕਿਵੇਂ ਜਿਹੜਾ ਹੈਗਾ ਤੁਹਾਡਾ? ਉਹ ਬਾਈ ਆਪਾਂ ਇੱਕ ਜੇ ਆਪਣਾ ਯੂਟਿਊਬ ਤੇ ਪਾਵਾਂਗੇ ਨਾ ਆਪਾਂ ਸਾਈਨਸ ਰਿੰਸ ਜੀ, ਤੇ ਉਹਦੇ ਚ ਐਕਸਪਲੇਨ ਕੀਤਾ ਹੋਇਆ। ਪਰ ਉਹ ਟ੍ਰਿਕ ਇਹ ਹੈਗੀ ਆ, ਜਦੋਂ ਆਪਾਂ ਨੱਕ ਚ ਬੋਤਲ ਨੂੰ ਨੱਪਣਾ ਹੈਗਾ, ਉਸ ਟਾਈਮ ਆਪਣਾ ਸਾਹ ਮੂੰਹ ਥੋੜੀ ਬਾਹਰ ਆਉਣਾ ਚਾਹੀਦਾ, ਬਾਹਰ ਆਉਣਾ ਚਾਹੀਦਾ, ਠੀਕ ਹੈ। ਵੀ ਨੱਕ ਥਾਣੀ ਨਾ ਆਵੇ, ਨਹੀਂ ਤਾਂ ਆਥੂ ਆ ਸਕਦਾ। ਹਾਂਜੀ ਹਾਂਜੀ, ਵੀ ਬੋਤਲ ਨੱਕ ਤੇ ਰੱਖ ਕੇ, ਠੀਕ ਹੈ, ਇੱਕਦਮ ਸਾਹ ਬਾਹਰ ਨੂੰ ਲੈ ਤੇ ਬੋਤਲ ਨੱਪ ਦੇ ਨਾਲ ਦੀ ਨਾਲ, ਉਹ ਦੂਜੇ ਪਾਸੇ ਨੱਕ ਚ ਪਾਣੀ ਬਾਹਰ ਨਿਕਲ ਆਉਂਦਾ, ਠੀਕ ਹੈ। ਆਪਾਂ ਜਦੋਂ ਆਪਾਂ ਜਿਸ ਟਾਈਮ ਐਲਰਜੀ ਹੈਗੀ, ਉਸ ਟਾਈਮ ਦੇ ਵਿੱਚ 2 ਵਾਰੀ ਕਰੀਏ ਸਵੇਰੇ ਉੱਠ ਕੇ ਤੇ ਇੱਕ ਰਾਤ ਨੂੰ ਸੌਣ ਲੱਗੇ, ਠੀਕ ਹੈ। ਜਦੋਂ ਐਲਰਜੀ ਹੈ ਚਾਹੇ ਹਫ਼ਤੇ 2 ਵਾਰੀ ਕਰ ਲਈ, ਠੀਕ ਹੈ। ਇਸ ਨਾਲ ਆਪਾਂ ਨੱਕ ਦੇ ਮਿਊਕਸ ਮੈਂਬਰੇਨ ਆ ਨੀ, ਉਹ ਥੋੜਾ ਤਕੜਾ ਹੋ ਜਾਂਦਾ, ਸਟਰੋਂਗ ਹੋ ਜਾਂਦਾ। ਜਿਵੇਂ ਕਹਿੰਦੇ ਨੇ ਆਪਾਂ ਵੀ ਜਿਹੜਾ ਰਸਤਾ ਬਹੁਤ ਬਹੁਤ ਚੱਲਦਾ ਹੈਗਾ, ਉਹ ਰਸਤਾ ਸਾਫ਼ ਹੁੰਦਾ, ਉਸ ਤਰ੍ਹਾਂ ਨੱਕ ਵੀ ਸਾਫ਼ ਕਰਾਂਗੇ ਤਾਂ ਨੱਕ ਵੀ ਤਕੜਾ ਹੋ ਜਾਊਗਾ ਉਸ ਟਾਈਮ ਨਾਲ, ਜੀ ਜੀ, ਠੀਕ ਹੈ। ਫਿਰ ਉਹ ਐਲਰਜੀ ਘੱਟ ਹੁੰਦੀ ਹੈ ਜੀ। ਧੰਨਵਾਦ ਵੀਰ ਜੀ, ਮਿਹਰਬਾਨੀ ਜੀ, ਮਿਹਰਬਾਨੀ ਜੀ। ਡਾਕਟਰ ਸਾਹਿਬ ਆਪਾਂ ਸੌਣ ਦੀ ਗੱਲ ਕਰ ਰਹੇ ਸੀਗੇ ਵੀ ਕਈ ਵਾਰੀ ਆਦਤਾਂ ਹੁੰਦੀਆਂ ਨੇ ਵਿੰਗੇ ਟੇਢੇ ਸੌਣ ਦੀਆਂ, ਅਤੇ ਜਿਹੜੀਆਂ ਇਹ ਚੀਜ਼ਾਂ, ਇਹਨਾਂ ਨੂੰ ਕਿਵੇਂ ਕਵਰ ਕੀਤਾ ਜਾਣਾ ਜਿਵੇਂ ਤੁਸੀਂ ਦੱਸ ਰਹੇ ਸੀ? ਬਾਈ ਮੈਂ ਤਾਂ ਇਹ ਕਹਿੰਦਾ ਸੀਗਾ ਜੀ, ਸੌਣ ਦਾ ਤਰੀਕਾ ਤਾਂ ਸਭ ਦਾ ਡਿਫਰੈਂਟ ਹੁੰਦਾ ਨਾ ਜੀ, ਪਰ ਆਪਣੇ ਹੁੰਦਾ ਵੀ ਇੱਕ ਤਾਂ ਕਹੀਏ ਸਿਰਹਾਣਾ ਆਪਣਾ ਥੋੜਾ ਜਿਹਾ ਛੋਟਾ ਹੋਵੇ, ਮੋਢਿਆਂ ਥੱਲੇ ਸਿਰਹਾਣਾ ਰੱਖਿਆ ਹੋਵੇ, ਠੀਕ ਹੈ, ਤਾਂ ਕਿ ਆਪਣੀ ਧੌਣ ਸਿੱਧੀ ਰਹੇ, ਠੀਕ ਹੈ। ਜੇ ਆਪਾਂ ਨੂੰ ਲੱਗਦਾ ਕਿ ਆਪਾਂ ਸਿੱਧੇ ਸੌਂ ਕੇ ਆਪਣਾ ਘਰਾੜੇ ਘੁੜ ਨਹੀਂ ਵੱਜਦੇ, ਨੀਂਦ ਚੰਗੀ ਆਉਂਦੀ ਹੈ, ਫਿਰ ਤਾਂ ਬਹੁਤ ਵਧੀਆ ਗੱਲ ਹੈ। ਜੇ ਆਪਾਂ ਨੂੰ ਲੱਗਦਾ ਥਕਾਨ ਰਹਿੰਦੇ ਦਿਨੇ, ਤਾਂ ਫਿਰ ਟੇਢਾ ਸੌਣ ਦੀ ਕੋਸ਼ਿਸ਼ ਕਰੋ, ਠੀਕ ਹੈ। ਕਈ ਮਰੀਜ਼ਾਂ ਨੂੰ ਇਹ ਕਹਿਣਾ ਹੋਣਾ ਵੀ ਪਿੱਛੇ ਆਪਣੀ ਟੀ ਸ਼ਰਟ ਦੇ ਪਿੱਛੇ ਇੱਕ ਨਿੱਕੀ ਜੇਬ ਬਣਾ ਕੇ ਨਾ ਸੌਫਟ ਟੈਨਿਸ ਬਾਲ ਪਾ ਲਓ ਪਿੱਛੇ ਉਹਦੇ, ਤਾਂ ਕਿ ਤੁਹਾਨੂੰ ਸਿੱਧਾ ਨਾ ਸੌਣ ਦੇਵੇ ਉਹ, ਵੀ ਆਪਣੇ ਪਾਸਾ ਦਵਾ ਦੇਊ, ਆਪਣੇ ਪਾਸਾ ਦਵਾ ਦੇਊਗੀ, ਠੀਕ ਹੈ ਜੀ। ਵੀ ਮੇਨ ਤਾਂ ਤੁਹਾਡਾ ਵੀ ਅਗਲੇ ਦਿਨ ਦੀ ਪਰਫਾਰਮੈਂਸ ਕਿਵੇਂ ਆ, ਉਹਦੀ ਉਹਦੇ ਨਾਲ ਪਤਾ ਲੱਗ ਜਾਂਦਾ ਤੁਹਾਨੂੰ ਨੀਂਦ ਕਿੰਨੀ ਆਉਂਦੀ ਹੈ। ਨਹੀਂ, 92164 ਤੇ ਆਉਣੇ ਰਹੋ ਜੀ ਤੁਸੀਂ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਜੀ, ਮੈਂ ਤੁਹਾਡੇ ਇਸ ਐਲਰਜੀ ਤੋਂ ਜੀ, ਤੁਸੀਂ ਐਲਰਜੀ ਦਾ ਕੁਐਸਚਨ ਪੁੱਛ ਰਹੇ ਹੋ? ਨਹੀਂ ਜੀ, ਮੈਂ ਨਹੀਂ ਪੁੱਛ ਰਿਹਾ ਜੀ, ਤੁਹਾਡੇ ਤੁਸੀਂ ਦੱਸੋ ਜੀ, ਤੁਸੀਂ ਡਾਕਟਰ ਸਾਹਿਬ ਤੋਂ ਕੀ ਪੁੱਛਣਾ ਚਾਹੁੰਦੇ ਹੋ? ਅਸੀਂ ਤੇ ਪੁੱਛਨੇ ਆ ਕਿ ਐਲਰਜੀ ਹੁੰਦੀ ਹੈ ਜੀ, ਕਈ ਵਾਰੀ ਆਪਾਂ ਨੂੰ ਠੰਡ ਲੱਗ ਜਾਂਦੀ ਹੈ, ਨਿੱਛਾਂ ਆਉਂਦੀਆਂ, ਨੱਕ 'ਚ ਪਾਣੀ ਵਗਦਾ, ਨਜ਼ਲਾ ਸ਼ੁਰੂ ਹੋ ਜਾਂਦਾ ਹੈ, ਉਹ ਆਪਾਂ ਕਹਿੰਦੇ ਆ ਠੰਡ ਲੱਗ ਗਈ ਹੈ। ਹਾਂ ਹਾਂ,
ਤੇ ਤਾਂ ਐਲਰਜੀ ਸਾਨੂੰ ਇਹ ਠੰਡ ਤੋਂ ਹੋ ਗਿਆ ਏ। ਕਈ ਵਾਰੀ ਜਦੋਂ ਹੁਣ ਮੌਸਮ ਆਪਣਾ ਇੱਥੇ ਪੁੱਟਣੀ ਬਹਾਰ ਆ ਗਈ ਏ, ਫੁੱਲ ਨੇ ਕਈ ਬਾਹਰ ਗਰਾਸ ਪੁੱਟੇ ਨੇ, ਇਸ ਤਰ੍ਹਾਂ ਦੀ ਆਪਾਂ ਨੂੰ ਜਿਹੜੀਆਂ ਨੂੰ ਅੱਖਾਂ ਚੋਂ ਪਾਣੀ ਵਗਦਾ, ਅੱਖਾਂ ਲਾਲ ਹੋ ਜਾਂਦੀਆਂ, ਇੱਥੇ ਵੀ ਕਈਆਂ ਨੱਕ ਚੋਂ ਪਾਣੀ ਪੂਰਾ ਹਾਲ ਮੂੰਹ ਸੁੱਜ ਜਾਂਦਾ, ਮੇਰੀ ਇੱਕ ਬੇਟੀ ਨੂੰ ਵੀ ਹੋ ਜਾਂਦਾ ਜੀ। ਉਹ ਆਪਾਂ ਕਹਿੰਦੇ ਆ ਮੌਸਮ ਦੀ ਜਿਹੜੀ ਪੁੱਟਣੀ ਬਹਾਰ ਏ ਉਹਦੀ ਐਲਰਜੀ ਏ, ਹੈਨਾ। ਕਈਆਂ ਨੂੰ ਐਲਰਜੀ ਹੁੰਦੀ ਏ ਮਿੱਟੀ ਕੱਟੇ ਤੋਂ, ਕੋਈ ਜਨਾ ਲੇਡੀ ਜਾਂ ਝਾੜੂ ਝੁੜੂ ਲਾਉਣ, ਉਹਦੇ ਜਿਹਨੂੰ ਦਮਾ ਏ ਅਜ਼ਮਾ ਏ ਉਹਨੂੰ ਉਦੋਂ ਬੜੀ ਛੇਤੀ ਨਾਲ ਹੋ ਜਾਂਦੀ, ਕਿਉਂਕਿ ਉਹ ਅੰਦਰ ਖਾਖਾ ਜਿਹਾ ਚਲਾ ਜਾਂਦਾ ਏ। ਬਾਹਰ ਹਨੇਰੀ ਕਈ ਵਾਰੀ ਹੋਵੇ, ਅੰਦਰ ਮਿੱਟੀ ਧੂਵੇ ਤੋਂ ਵੀ ਕਈ ਵਾਰੀ ਲੇਡੀਜ਼ ਕੋਈ ਮਸਾਲਾ ਪਾਉਂਦੀਆਂ ਨੇ, ਉਹ ਥੋੜਾ ਜਿਹਾ ਜਦ ਤੜਕੇ ਦੀ ਸਮੈਲ ਹੀ ਚਲੀ ਜਾਂਦੀ ਤੇ ਉਹਦੇ ਨਾਲ ਹੀ ਦਮੇ ਵਾਲਣ ਸਾਹ ਸਾਹ ਚੜ ਜਾਂਦਾ, ਸਾਕਣ ਲੱਗ ਜਾਂਦੇ ਨੇ ਜੀ। ਮਲੇਰੀਆ ਹੋ ਗਿਆ ਏ, ਜਾਂ ਸਾਨੂੰ ਮੱਛਰ ਕੱਟਣ ਲੱਗ ਗਿਆ, ਜਾਂ ਸਾਨੂੰ ਹਵਾ ਮਾੜੀ ਲੱਗੀ ਏ, ਇਹ ਕਈ ਚਾਰ ਪੰਜ ਦਿਨ ਐਲਰਜੀ ਏ। ਹੁਣ ਮੈਂ ਤੁਹਾਨੂੰ ਪੁੱਛਾਂਗੀ ਤੁਸੀਂ ਕਿਹੜੀ ਐਲਰਜੀ ਸਾਨੂੰ ਆਰਾਮ ਦਿਓਗੇ ਬਾਈ ਜੀ? ਮੈਂ ਤਾਂ ਇਸ ਗੱਲ ਦੀ ਐਲਰਜੀ ਗੱਲ ਕਰ ਰਹੇ ਸੀ, ਨੱਕ ਆਪਣਾ ਵਗਦਾ ਹੈਗਾ, ਛਿੱਕਾਂ ਆਉਂਦੀਆਂ ਹੈਗੀਆਂ, ਕਈ ਲੋਕ ਸਵੇਰੇ ਉੱਠ ਕੇ 40 ਛਿੱਕਾਂ ਮਾਰ ਦਿੰਦੇ ਆ, ਠੀਕ ਹੈ ਨਾ। ਉਹ ਕਹਿ ਰਿਹਾ ਸੀਗਾ ਵੀ ਆਪਾਂ ਜਿਵੇਂ ਕਹਿੰਦੇ ਸੀ ਕਿ ਪਹੀ ਠੀਕ, ਪਹੀ ਸਾਫ਼ ਹੋ ਜਾਂਦੇ ਇੱਥੇ ਲੋਕ ਜ਼ਿਆਦਾ ਤੁਰਦੇ ਆਪਾਂ, ਜੇ ਆਪਾਂ ਨੱਕ ਨੂੰ ਰੋਜ਼ ਸਾਫ਼ ਕਰ ਲਾਂਗੇ ਤਾਂ ਆਪਾਂ ਨੱਕ ਸਾਫ਼ ਰਹੂਗਾ। ਜਿਹੜੀ ਚੀਜ਼ ਨਾਲ ਐਲਰਜੀ ਹੁੰਦੀ ਹੈਗੀ ਹੈ, ਇੱਕ ਤਾਂ ਉਹ ਸਾਫ਼ ਨਿਕਲ ਜੂ ਨੱਕ ਚੋਂ, ਦੂਸਰੀ ਆਪਣੇ ਸਾਈਕੋਲੋਜੀਕਲੀ ਆਪਾਂ ਤਕੜੇ ਹੋ ਜਾਂਦੇ ਵੀ ਮੈਂ ਆਪਦੇ ਕਿੰਨੇ ਸਾਰਾ ਕੰਮ ਕਰ ਲਿਆ, ਠੀਕ ਹੈ ਨਾ। ਆਪਾਂ ਆਮ ਬੰਦੇ ਨੂੰ ਆਖੀ ਵੀ ਨੱਕ ਸਾਫ਼ ਕਰ ਲੱਗਾ ਆ ਕੀ ਭਾਈ ਮਰੀ ਇਹਨਾਂ ਤੂੰ, ਠੀਕ ਹੈ। ਆ ਵੀ ਬਾਈ ਜੀ ਨੂੰ ਆਖੂਗਾ ਵੀ ਆਪਣੇ ਵੈਬਸਾਈਟ ਤੇ ਪਾ ਦਿਓ ਸਾਈਨਸ ਰਿੰਸ ਬਾਰੇ, ਠੀਕ ਹੈ ਨਾ, ਤਾਂ ਜਾਂ ਫਿਰ ਆਪਾਂ ਗੂਗਲ ਚ ਲੱਭ ਲੈਣਗੇ ਲੋਕ, ਠੀਕ ਹੈ ਨਾ। ਉਹਦੇ ਕਰਕੇ ਬਹੁਤ ਵਧੀਆ ਚੀਜ਼ ਹੈ ਜੀ, ਆਪਣੇ ਐਲਰਜੀ, ਅੱਧੀ ਲੋਕਾਂ ਦੀ ਐਲਰਜੀ ਸਾਫ਼ ਹੋ ਜਾਂਦੀ ਉਹਦੇ ਨਾਲ। ਨਹੀਂ, ਕਈਆਂ ਦੇ ਵਿੱਚੋਂ ਡਰਾਈਨੈਸ ਬੜੀ ਹੋ ਜਾਂਦੀ ਹੈ, ਉਹਦੇ ਕਰਕੇ ਵੀ ਸਾਰਾ ਦਿਨ ਨੱਕ ਖੁਰਚਦੇ ਰਹਿੰਦੇ, ਜਿਹਨੂੰ ਆਪਾਂ ਪੰਜਾਬੀ ਚੂਹੇ ਕੱਢਣਾ ਕਹਿ ਦਿੰਦੇ। ਹਾਂਜੀ ਹਾਂਜੀ, ਉਹ ਡਰਾਈਨੈਸ ਆਪਾਂ ਨੱਕ ਸਾਫ਼ ਰੱਖ ਲੈਣਾ ਕਰ ਲੈਣਾ, ਫਿਰ ਡਰਾਈਨੈਸ ਘੱਟ ਜੂਗੀ, ਠੀਕ ਹੈ ਨਾ। ਮੇਨ ਤਾਂ ਆਪਾਂ ਹੈਲਦੀ ਰੱਖਣੀ, ਆਪਣਾ ਮਿਊਕਸ ਮੈਂਬਰੇਨ ਹੈਲਦੀ ਰੱਖੋ ਤਾਂ ਐਲਰਜੀ ਵੀ ਘੱਟ ਹੁੰਦੀ ਹੈ ਜੀ ਜੀ। ਵਟਸਐਪ ਕਰ ਲਵਾਂਗੇ ਜੀ, ਰੰਧਾਵਾ ਸਾਹਿਬ ਆਉਣੇ। ਹਾਂਜੀ, ਸਤਿ ਸ਼੍ਰੀ ਅਕਾਲ ਧੰਨਵਾਦ ਸਾਹਿਬ, ਮੈਂ ਡਾਕਟਰ ਸਾਹਿਬ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਮੈਂ ਤੁਹਾਨੂੰ ਕੋਈ ਇੱਕ ਸਵਾਲ ਪੁੱਛਣਾ ਹੈ ਕਿ ਕਈ ਵਾਰੀ ਨੈਚੁਰਲੀ ਇੱਕ ਜਾਂ ਦੋ ਛਿੱਕਸ ਐਵਰੀ ਡੇ ਆਉਂਦੀਆਂ ਨੇ ਜਾਂ ਤਿੰਨ ਡੇ ਆਫਟਰ ਡੇ, ਉਹ ਇੱਕ ਚੰਗੀਆਂ ਨੇ ਜਾਂ ਉਹ ਵੀ ਇੱਕ ਐਲਰਜੀ ਦੀ ਨਿਸ਼ਾਨੀ ਹੈ? ਨਹੀਂ ਬਾਈ ਜੀ, ਮੈਂ ਆਫਿਸ ਹੁੰਦਾ ਗੱਲ। ਹਾਂਜੀ ਬਾਈ ਜੀ, ਇਹ ਗੱਲ ਹੈ ਵੀ ਤੁਹਾਨੂੰ ਕਿੰਨੇ ਦੁਖੀ ਕਰ ਰਹੀਆਂ ਉਹ, ਠੀਕ ਹੈ। ਜੇ ਤੁਹਾਨੂੰ ਲੱਗਦਾ ਵੀ ਇਹ ਨਹੀਂ ਆਉਣੇ ਚਾਹੀਦੀਆਂ ਤਾਂ ਫਿਰ ਐਲਰਜੀ ਹੈ ਇੱਕ ਤਰ੍ਹਾਂ ਦੀ, ਠੀਕ ਹੈ। ਜੇ ਤੁਹਾਨੂੰ ਕੋਈ ਲੱਗਦਾ ਵਧੀਆ ਨੱਕ ਸਾਫ਼ ਹੋ ਗਿਆ ਤਾਂ ਉਹ ਕੋਈ ਪ੍ਰੋਬਲਮ ਨਹੀਂ ਕੋਈ, ਠੀਕ ਹੈ। ਵੈਸੇ ਸਾਈਨਸ ਰਿੰਸ ਨਾਲ ਆਪਾਂ ਨੂੰ, ਮੈਂ ਕਿ ਮੇਰੀ ਕੰਪਨੀ ਨੂੰ ਪੈਸੇ ਨਹੀਂ ਦਿੱਤੇ, ਮੈਂ ਵੈਸੇ ਮਸ਼ਹੂਰੀ ਕਰ ਰਿਹਾ ਸੀ ਉਹਦੀ। ਨਹੀਂ, ਉਹ ਤਾਂ ਕਿਸੇ ਵੀ ਬੋਤਲ ਨਾਲ ਹੋ ਸਕਦਾ, ਉਹ ਤਾਂ ਕੰਪਨੀ ਸਾਈਨਸ ਮਤਲਬ ਕਿ ਜਿਹਨੂੰ ਯੋਗਾ ਦੇ ਵਿੱਚ ਵੀ ਹੈਗਾ ਨੇਤਰ, ਉਹਨੂੰ ਕਹਿੰਦੇ ਵੀ ਜਿਹੜਾ ਇਹ ਬਹੁਤ ਚੰਗੀ ਆਦਤ ਹੈ, ਮਤਲਬ ਕਿ ਅਸੀਂ ਕਰ ਵੀ ਲਾਉਂਗੇ ਤੁਹਾਨੂੰ ਕੋਈ ਬਿਮਾਰੀ ਹੈ ਨਹੀਂ, ਕਈ ਲੋਕਾਂ ਨੂੰ ਕੋਈ ਐਲਰਜੀ ਨਹੀਂ, ਬਿਲਕੁਲ ਨਹੀਂ, ਮੈਨੂੰ ਕੋਈ ਐਲਰਜੀ ਨਹੀਂ, ਮੈਨੂੰ 10 ਸਾਲ ਹੋਏ ਕਰਦੇ ਨੂੰ, ਠੀਕ ਹੈ। ਉਹ ਵੈਸੇ ਹੀ ਚੰਗੀ ਆਦਤ ਹੈਗੀ, ਆਪਾਂ ਨੱਕ ਸਾਫ਼ ਕਰ ਲਓ, ਠੀਕ ਹੈ, ਉਹਦੇ ਨਾਲ ਬਹੁਤ ਸਾਰੀ ਬਿਮਾਰੀ ਠੀਕ ਹੋ ਜਾਂਦੀ ਆਪਣੀਆਂ ਜੀ। 9164 ਤੇ ਆਉਂਦੇ ਰਹੋ ਜੀ, ਕੌਣ ਸਾਹਿਬ ਬੋਲ ਰਹੇ, ਕਿੱਥੋਂ ਬੋਲ ਰਹੇ? ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ, ਜਗਜੀਤ ਬੋਲਦਾ ਵੀਰ ਜੀ, ਡਾਕਟਰ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਹਾਂਜੀ ਵੀਰ ਜੀ, ਹਾਂਜੀ ਹਾਂਜੀ ਜਗਜੀਤ ਜੀ, ਪੁੱਛੋ ਸਵਾਲ ਪੁੱਛੋ। ਮੈਂ ਤਾਂ ਆਖਿਆ ਕੀ ਹੋ ਗਿਆ, ਸਵਾਲ ਸੀਗਾ ਜੀ, ਜਿਵੇਂ ਡਾਕਟਰ ਸਾਹਿਬ ਨੀਂਦ ਦੀ ਗੱਲ ਕਰਦਾ, ਕਈ ਦਫ਼ਾ ਡਰਾਈ ਦਿੰਦੇ ਆ ਟਰੱਕ ਵਾਲਿਆਂ ਨੂੰ ਵੀ, ਹਾਂਜੀ, ਰਹਿਣ ਵਾਲੀ ਗੱਲ ਤੇ ਨੀਂਦ ਕਈ ਦਫ਼ਾ ਆਉਂਦੀ ਨੀ, ਜਿਵੇਂ ਹਟਾਉਣਾ ਸੀ ਪਾਸੇ ਕਰਕੇ ਗੱਲ ਚਲਾਈਦਾ, ਤਾਂ ਆਪਣੇ ਆਪ ਨੂੰ ਟਰੈਕ ਕਰੀ, ਇਹ ਕਹਿੰਦੇ ਬਿਲਕੁਲ ਨੀ ਲੈਣਾ ਚਾਹੀਦਾ, ਬਾਈ ਜੀ ਮੈਂ ਸਿੱਧੇ ਪੈਣ ਚ ਕਈ ਦਫ਼ਾ ਆਪਾਂ ਹੁੰਦੇ ਹਾਂ ਜਦੋਂ ਪੈਂਦੇ ਹਾਂ,
ਕਈ ਦਫ਼ਾ ਸਾਥੀ ਪਿਆਸ ਰੱਖਿਆ ਜਾਂਦਾ ਰਾਤ ਨੂੰ ਇੱਦਾਂ ਮੈਂ ਦਬਾ ਜਿਵੇਂ ਬੰਦਾ ਸੁਪਨੇ ਚ ਦੱਬਿਆ ਜਾਂਦਾ ਬੜੀ ਸਟਰਗਲ ਕਰਦਾ ਵੀ ਮੈਂ ਨਿਕਲਾ ਮੇਰੇ ਦੇ ਉੱਤੇ ਕੁਛ ਹੋ ਗਿਆ ਉਹ ਕੀ ਚੀਜ਼ ਉਹ ਵੀ ਇੱਕੋ ਇਹੀ ਚੀਜ਼ ਹੈ ਆਪਣਾ ਸਾਹ ਨਹੀਂ ਆਉਂਦਾ ਠੀਕ ਹੈ ਮਸਲ ਆਪਣੇ ਢਿੱਲੇ ਹੋ ਗਏ ਠੀਕ ਹੈ ਆਪਾਂ ਨੂੰ ਫਿਰ ਬੋਡੀ ਦੇ ਕੰਟਰੋਲ ਚ ਨਹੀਂ ਰਹਿੰਦੀ ਆਪਣਾ ਸਾਹ ਜੀ ਠੀਕ ਉਸ ਕਰਕੇ ਆਪਾਂ ਨੂੰ ਲੱਗਦਾ ਹੈ ਇਸ ਕਰਕੇ ਆਪਾਂ ਟੇਢਾ ਸੌਵਾਂਗੇ ਚੰਗੀ ਗੱਲ ਹੈਗੀ ਹੈ ਤੇ ਬਾਕੀ ਬਾਈ ਡਰਨ ਵਾਲੀ ਗੱਲ ਕੋਈ ਨੀ ਹੁਣ ਜੇ ਹੋਣ ਨੂੰ ਤਾਂ ਕੁਛ ਹੋ ਹੀ ਜਾਂਦਾ ਸਾਰੇ ਹਰੇਕ ਬੰਦੇ ਨੂੰ ਹੋ ਜਾਂਦਾ ਮੈਨੂੰ ਇਹ ਵੀ ਜੇ ਆਪਾਂ ਥੋੜਾ ਮੋਟਾ ਧਿਆਨ ਰੱਖੀਏ ਇਸ ਗੱਲ ਵੀ ਲੋਕਾਂ ਧਿਆਨ ਵਧਾ ਦਈਏ ਤਾਂ ਉਸ ਕਰਕੇ ਆਪਾਂ ਥੋੜਾ ਜਿਹਾ ਤਾਂ ਕੁਛ ਤਾਂ ਲੋਕ ਜਿਹਨਾਂ ਵੱਡੀ ਪ੍ਰੋਬਲਮ ਹੈ ਉਹ ਬਚ ਜਾਣਗੇ ਜੀ ਠੀਕ ਹੈ ਐਂ ਹੈ ਨੀ ਹਰ ਕੋਈ ਬੰਦਾ ਸੁੱਤਾ ਰਹਿ ਜੂਗਾ ਠੀਕ ਹੈ ਉਹ ਇਹ ਵੀ ਆਪਾਂ ਥੋੜਾ ਜਿਹਾ ਆਪਾਂ ਜਾਣਕਾਰੀ ਹੋਏ ਬੰਦੇ ਨੂੰ ਤਾਂ ਬੰਦੇ ਲੱਭ ਜਾਣਗੇ ਜਿਹੜਾ ਇੱਕ ਦਬਾਅ ਆ ਜਾਂਦਾ ਹੈ ਦਬਾਅ ਚੋਂ ਬੰਦਾ ਬੜਾ ਸਟਰਗਲ ਕਰਦਾ ਉਹਦੀ ਨੀਂਦ ਵੀ ਖੁੱਲ ਜਾਂਦੀ ਉਹਨੂੰ ਐਂ ਲੱਗਦਾ ਮੈਨੂੰ ਦੱਬ ਲਿਆ ਮੈਂ ਪਾਸਾ ਨਹੀਂ ਲੈ ਸਕਦਾ ਮੈਂ ਫਸ ਗਿਆ ਜਾਂ ਮੈਂ ਕਿਵੇਂ ਕਰਾਂ ਉਹ ਕੀ ਉਹ ਆਪਣੇ ਮਸਲ ਬਹੁਤ ਜ਼ਿਆਦਾ ਰਿਲੈਕਸ ਹੋ ਜਾਂਦੇ ਸੁੱਤੇ ਪਿਆ ਦੇ ਜੀ ਜੀ ਕਈ ਵਾਰ ਆਪਾਂ ਸੁੱਤੇ ਪਏ ਆਪਣੀ ਬਾਂਹ ਤਾਂ ਚੱਕ ਲੈਣੇ ਮੂੰਹ ਤੇ ਵੱਜਦੀ ਆ ਕੇ ਥੱਲੇ ਆ ਕੇ ਠੀਕ ਹੈ ਉਸੇ ਤਰ੍ਹਾਂ ਆਪਣੇ ਚੈਸਟ ਦੇ ਮਸਲ ਹੈ ਔਰ ਉਹ ਬਹੁਤ ਰਿਲੈਕਸ ਹੋ ਗਏ ਠੀਕ ਹੈ ਤੇ ਇਸ ਕਰਕੇ ਆਪਾਂ ਨੂੰ ਉਹ ਲੱਗਦਾ ਵੀ ਸੁਪਨੇ ਚ ਜਿਵੇਂ ਆ ਗਿਆ ਜੇ ਲਗਾਤਾਰ ਲੱਗਦਾ ਹੈਗਾ ਫਿਰ ਆਪਾਂ ਨੂੰ ਐ ਵੀ ਫਿਰ ਉਹਦੇ ਵਾਸਤੇ ਇਨਵੈਸਟੀਗੇਟ ਕਰਾਉਣੀ ਬਹੁਤ ਜ਼ਰੂਰੀ ਹੈ ਜੇ ਇੱਕ ਵਾਰੀ ਹੋਇਆ ਵੀ ਵਨਸ ਇਨ ਅ ਵਾਈਲ ਵਨਸ ਇਨ ਅ ਵਾਈਲ ਹੋਇਆ ਤਾਂ ਗੱਲ ਹੋਰ ਹੈ ਜੇ ਇੱਕ ਸਾਲ ਦੇ ਵਿੱਚ ਤਿੰਨ ਚਾਰ ਵਾਰੀ ਹੋ ਗਈ ਗੱਲ ਤਾਂ ਫਿਰ ਆਖੋ ਵੀ ਟੈਸਟ ਕਰਾ ਲਓ ਆਪਣਾ ਉਹਦਾ ਕੀ ਹੋਣੇ ਚਾਹੀਦੇ ਇੱਕ ਤਾਂ ਸਲੀਪ ਸਟੱਡੀ ਕਰਾ ਲਓ ਜੀ ਇੱਕ ਆਪਣਾ ਹਾਰਟ ਦਾ ਟੈਸਟ ਕਰਾ ਲਓ ਹਾਰਟ ਦਾ ਟੈਸਟ ਕਿਉਂਕਿ ਇਹ ਦੋਨੇ ਗੱਲਾਂ ਇੱਕ ਜੁੜੀਆਂ ਇੱਕ ਦੂਜੇ ਨਾਲ ਜੀ ਜਾਂਦੇ ਜਾਂਦੇ ਡਾਕਟਰ ਸਾਹਿਬ ਕਿਉਂਕਿ ਟਾਈਮ ਬੜਾ ਥੋੜਾ ਤੇ ਸਾਡੇ ਟਰੱਕਰ ਵੀਰ ਬੜੇ ਸੁਣਦੇ ਨੇ ਇਸ ਪ੍ਰੋਗਰਾਮ ਨੂੰ ਆਪਣੇ ਨੂੰ ਬਾਕੀ ਵੀ ਸੁਣਦੇ ਆ ਲੌਂਗ ਹਾਲ ਦੇ ਵਿੱਚ ਜਾਂਦੇ ਨੇ ਬੜਾ ਪੰਜ ਪੰਜ ਦਸ ਦਸ ਹਜ਼ਾਰ ਕਿਲੋਮੀਟਰ ਟਰੈਵਲ ਕਰਦੇ ਨੇ ਬਹੁਤ ਮਿਹਨਤ ਕਰਦੇ ਨੇ ਉਹ ਖਾਸ ਕਰਕੇ ਬਲੱਡ ਪ੍ਰੈਸ਼ਰ ਜਿਹੜਾ ਯੰਗਸਟਰਸ ਵੀ ਬਹੁਤ ਜ਼ਿਆਦਾ ਹੋ ਗਿਆ ਇਹਦੇ ਲਈ ਜਿਹੜਾ ਤੁਸੀਂ ਕੀ ਕਹੋਗੇ ਕਿ ਇਸ ਚੀਜ਼ ਦੇ ਉੱਤੇ ਕਿਵੇਂ ਓਵਰਕਮ ਕੀਤਾ ਜਾ ਸਕਦਾ ਕੀ ਪ੍ਰੀਕੋਸ਼ਨਸ ਰੱਖਣੇ ਚਾਹੀਦੇ ਨੇ ਬਾਈ ਜੀ ਨੂਣ ਜੀ ਇੱਕ ਆਪਣਾ ਜਿਹੜਾ ਖਾਣਾ ਹੁੰਦਾ ਆਪਣਾ ਖਾਣਾ ਪੀਣਾ ਠੀਕ ਨਹੀਂ ਹੁੰਦਾ ਜਿਹੜਾ ਆਪਾਂ ਟੇਕ ਹੋਏ ਖਾਣਾ ਖਾਂਦੇ ਨਾ ਉਹ ਚ ਇੱਕ ਤਾਂ ਪ੍ਰੀਜ਼ਰਵੇਟਿਵ ਪਾਏ ਹੁੰਦੇ ਜੀ ਦੂਸਰਾ ਉਹ ਚ ਬਹੁਤ ਜ਼ਿਆਦਾ ਮਾਤਰਾ ਨੂਣ ਹੁੰਦਾ ਹੈਗਾ ਅੱਛਾ ਜਾਂ ਸਾਲਟ ਹੈਗਾ ਉਹ ਆਪਣੀ ਬੋਡੀ ਦਾ ਜੇ ਫਲੂਇਡ ਹੈਗਾ ਉਹਨੂੰ ਰਿਟੇਨ ਕਰ ਲੈਂਦਾ ਬਲੱਡ ਪ੍ਰੈਸ਼ਰ ਵੱਧ ਜਾਂਦਾ ਜੀ ਠੀਕ ਹੈ ਆਪਣੀ ਬੋਡੀ 'ਚ ਪਾਣੀ ਵੱਧ ਜਾਂਦਾ ਇਸ ਕਰਕੇ ਬਲੱਡ ਪ੍ਰੈਸ਼ਰ ਵੱਧ ਗਿਆ ਠੀਕ ਹੈ ਇਸ ਕਰਕੇ ਬਹੁਤ ਜ਼ਰੂਰੀ ਹੈ ਜਿੱਥੇ ਹੋ ਸਕੇ ਆਪਣਾ ਖਾਣਾ ਨਾਲ ਲੈ ਕੇ ਜਾਓ ਠੀਕ ਹੈ ਜਾਂ ਘੱਟ ਤੋਂ ਘੱਟ ਟੇਕ ਅਵੇ ਖਾਓ ਜੀ ਜੀ ਠੀਕ ਹੈ ਬਾਕੀ ਦੂਸਰੀ ਗੱਲ ਆਪਣੀ ਜਿਹੜੀ ਆਪਣੀ ਫਿਜ਼ੀਕਲ ਹੈਗਾ ਕੰਮ ਐਕਸਰਸਾਈਜ਼ ਵਗੈਰਾ ਉਹਨੂੰ ਟਰੱਕ ਦੇ ਵਿੱਚ ਜੋ ਸੁਣਨੇ ਵੀ ਤਾਂ 10 ਮਿੰਟ 15 ਮਿੰਟ ਸੈਰ ਕਰ ਲਓ ਹਾਂਜੀ ਬਾਕੀ ਸੈਰ ਕਰਨ ਵਾਸਤੇ ਆਪਾਂ ਨੂੰ ਘੰਟਾ ਐਂ ਹੈ ਨੀਗਾ ਵੀ ਆਪਾਂ ਨੂੰ ਘੰਟਾ ਬਾਹਰ ਜਾਣਾ ਜ਼ਰੂਰੀ ਹੈ ਸੈਰ ਘਰੇ ਵੀ ਐਕਸਰਸਾਈਜ਼ ਘਰੇ ਵੀ ਹੋ ਸਕਦੀ ਹੈ ਜੀ ਠੀਕ ਹੈ 10 ਮਿੰਟ ਟੀਵੀ ਉਰੇ ਬੈਠੇ ਛਾਲਾਂ ਮਾਰ ਲਈਆਂ ਜੀ ਉਹ ਵੀ ਐਕਸਰਸਾਈਜ਼ ਇੱਕ ਤਰ੍ਹਾਂ ਦੀ ਠੀਕ ਹੈ ਠੀਕ ਹੈ ਐਕਸਰਸਾਈਜ਼ ਦਿਨੇ ਕਰ ਲਓ 5 ਵਾਰੀ ਕਰ ਲਓ 2-2 ਮਿੰਟਾਂ ਦੀ ਉਹ ਵੀ ਠੀਕ ਹੈ ਜੀ ਕੁਛ ਨਾ ਕੁਛ ਕਰਨਾ ਚਾਹੀਦਾ ਮਤਲਬ ਕਿ ਆਪਣੀ ਬੋਡੀ ਬਣੀ ਨਹੀਂ ਆਪਣੀ ਰੈਸਟ ਕਰਨ ਵਾਸਤੇ ਵੀ ਇਹਦਾ ਕਹਿੰਦਾ ਹੋ ਜੇ ਤੁਸੀਂ ਡਰਾਈਵਿੰਗ ਵੀ ਲੌਂਗ ਹਾਲ ਕਰਦੇ ਹੋ ਲੰਮੇ ਜਾਂਦੇ ਹੋ ਤਾਂ ਉਦੋਂ ਵੀ ਜਿਹੜਾ ਤੁਸੀਂ ਕੁਛ ਨਾ ਕੋਈ ਲੱਤਾਂ ਲੁੱਤਾਂ ਆਪਦੀਆਂ ਜਿਹੜੀਆਂ ਹਿਲਾਉਂਦੇ ਰਹੋ ਇਕੱਲੀ ਆਟੋ ਕਰੂਜ਼ ਦੇ ਉੱਤੇ ਪਾ ਕੇ ਨਾ ਤੁਸੀਂ ਵੀ ਇੱਕ ਤਰ੍ਹਾਂ ਨਾਲ ਵਿਹਲੇ ਜਿਹੇ ਹੋ ਕੇ ਨਾ ਬੈਠੋ ਜਾਂ ਫਿਰ ਚਾਹ ਪੀਣ ਵਾਸਤੇ ਰੁਕੇ ਆਪਾਂ ਉਦੋਂ ਆਪਾਂ 2-4 ਮਿੰਟ ਵੱਲ ਵੀ ਛਾਲਾਂ ਮਾਰ ਲਓ ਪਾਸੇ ਆ ਕੇ ਠੀਕ ਹੈ ਉਹ ਵੀ ਬਹੁਤ ਵਧੀਆ ਅੰਗੜਾਈਆਂ ਜੀਆਂ ਲੈ ਲਓ ਸਰੀਰ ਨੂੰ ਵੈਸੇ ਫੁੱਲ ਫਿਜ਼ੀਕਲ ਜਿਵੇਂ ਇੱਕੋ ਥਾਂ ਕਰਕੇ ਜੋਗਿੰਗ ਕਰ ਲੈਂਦੇ ਆਪਾਂ ਜੰਪ ਹੀ ਕਰ ਲੱਗ ਲੈਂਦੇ ਉਵੇਂ ਕਰ ਲਏ ਜੀ ਠੀਕ ਹੈ ਉਹਦੇ ਨਾਲ ਵੀ ਆਪਣੀ ਮਸਲ ਟੋਨ ਰਹਿੰਦੇ ਆ ਜੀ ਜੀ ਉਹਦੇ ਨਾਲ ਬਹੁਤ ਫਾਇਦਾ ਹੁੰਦਾ ਹੈ ਜੀ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਤੁਹਾਡਾ ਤੁਸੀਂ ਵਿਸ਼ੇਸ਼ ਤੌਰ 'ਤੇ ਸਾਡੇ ਨਾਲ ਜੁੜੇ ਅੱਜ ਸ਼ੁਕਰੀਆ ਜੀ ਧੰਨਵਾਦ ਬਾਈ